ਕਰਮ ਮਨੁਆ ਨਾਚ ਆਣੇ ਘੂੰਗਰ ਸਾਜਾ। ਜੋ ਮਨ ਵਿੱਚ ਨਿਰਣਾ ਕਰਨਾ ਵਿਵਹਾਰਾਂ ਦਾ ਇਹ ਨੱਚਣਾ ਕਰਦੇ ਹਾਂ, ਅਨੇਕ ਜੁਗਤੀਆਂ ਜੋ ਵਿਵਹਾਰਾਂ ਵਿੱਚ ਲਿਆਵਣੀਆਂ ਇਹ ਘੁੰਗਰੂਆਂ ਦਾ ਸਾਜ। ਰਾਮ ਕੋ ਨਿਰਤਕਾਰੀ ਪੇਖੈ ਪੇਖਣ ਹਾਰ ਦਿਆਲਾ, ਜੇਤਾ ਸਾਜ ਸਿੰਗਾਰੀ। ਹੇ ਪਿਆਰੀਓ, ਰਾਮ ਦਾ ਜੋ ਰਚਿਆ ਹੋਇਆ ਇਹ ਸੁੰਦਰ ਸੰਸਾਰ ਜਗਤ ਹੈ, ਇਹੀ ਨਿਰਤਕਾਰੀ ਹੋ ਰਹੀ ਹੈ। ਜਿਤਨਾ ਸਾਜ ਹੈ ਕਰਕੇ ਸ਼ਿੰਗਾਰੀ ਹੋਈ, ਪੇਖੈ ਪੇਖਣ ਹਾਰ ਦਿਆਲਾ ਜੇਤਾ ਸਾਜ ਸਿੰਗਾਰੀ। ਇਸ ਸ੍ਰਿਸ਼ਟੀ ਨੂੰ ਦੇਖਣ ਹਾਲ ਦਿਆਲੂ ਕਿਰਪਾਲੂ ਮੇਰਾ ਵਾਹਿਗੁਰੂ ਦੇਖ ਰਿਹਾ ਹੈ, ਉਹ ਵੇਖੈ ਉਹ ਨਾ ਨਦਰ ਨਾ ਆਵੈ, ਬਹੁਤਾਂ ਵਿਓ ਵਡਾਣ ਅਸਚਰਜ ਹੈ, ਦੇਖਦਾ ਹੈ ਪਰ ਨਦਰ ਨਹੀਂ ਆਉਂਦਾ, ਸਰਬ ਵਿਆਪਕ ਹੈ। ਆਖਾਰ ਮੰਡਲੀ ਧਰਣ ਸਵਾਈ ਉਪਰ ਗਗਨ ਚਲੋਆ, ਪਵਨ ਵਿਚੋਲਾ ਕਰਤ ਅਕੇਲਾ ਜਲ ਤੇ ਓ ਬਦੋਆ। ਜੋ ਸਾਰੀ ਧਰਤੀ ਹੈ ਇਹੀ ਅਖਾੜੇ ਦਾ ਸਥਾਨ ਹੈ, ਉੱਪਰ ਆਕਾਸ਼ ਰੂਪ ਚੰਦੋਆ ਤਾਣਿਆ ਹੋਇਆ, ਨਿਰਤ ਵਿਖੇ ਪ੍ਰਾਣ ਪਵਨ ਵਿਚੋਲਾ ਹੈ, ਜੋ ਪਵਨ ਸਭ ਨੂੰ ਇਕੱਤਰ ਕਰਦਾ ਹੈ, ਪ੍ਰਾਣਾ ਕਰਕੇ ਹੀ ਸਭ ਦਾ ਮਿਲਾਪ ਹੈ, ਅਕੇਲਾ ਹੀ ਸਭ ਨੂੰ ਮੇਲਣਾ ਕਰਦਾ ਹੈ। ਨਿਤ ਦਾ ਸਾਜ ਸਭ ਜਲ ਤੋਂ ਉਤਪੰਨ ਹੋਇਆ, ਪਹਿਲਾਂ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਇ। ਪਾਤਸ਼ਾਹ ਅੱਗੇ ਬੇਨਤੀ ਅਰਜ ਗੁਜਾਰੀ, ਸਤਿਗੁਰੂ ਪਾਤਸ਼ਾਹ ਜੀ ਕੇਵਲ ਜਲ 'ਤੇ ਹੀ ਉਤਪੰਨ ਹੋਇਆ ਕਿ ਹੋਰ ਸੰਯੋਗ 'ਤੇ ਵੀ? ਪਾਤਸ਼ਾਹ ਕਹਿਣ ਲੱਗੇ, ਪੰਚ ਤਤ ਕਰ ਪੁੱਤਰਾ ਕੀ ਨਾ ਕਿਰਤ ਮਿਲਾਵਾ। ਇਹ ਸਰੀਰ ਪੁਤਲਾ ਪੰਜ ਤੱਤਾਂ ਦਾ ਹੈ, ਪੌਣ ਪਾਣੀ ਅਗਨੀ ਆਕਾਸ਼ ਧਰਤੀ, ਪੰਜਾਂ ਤੱਤਾਂ ਦੇ ਜ਼ਰੀਏ ਪਰਮੇਸ਼ੁਰ ਨੇ ਸੁੰਦਰ ਤਨ ਬਣਾਇਆ ਹੈ ਆਪਣਾ, ਕਰਮਾਂ ਕਰਕੇ ਇਸ ਸਰੀਰ ਦੇ ਸਾਥ ਜੀਵ ਦਾ ਮਿਲਾਪ ਹੋਇਆ, ਕਿਉਂਕਿ ਕਰਮ ਗਤੀ ਬੜੀ ਬਲਵਾਨ ਹੈ, ਕਰਮਾਂ ਨਾਲ ਹੀ ਇਹ ਸੰਯੋਗ ਹੁੰਦਾ ਹੈ। ਮਾਤ ਪਿਤਾ ਬੰਧਤਾ ਸੁਤਬੰਧ ਇਸ਼ਟ ਮੀਤ ਅਰ ਭਾਈ, ਪੂਰਵ ਜਨਮ ਕੇ ਮਿਲੇ ਸੰਯੋਗੀ ਅੰਤੇ ਕੋ ਨਾ ਸਹਾਈ। ਇਹ ਸੰਯੋਗ ਹੋਇਆ ਪੂਰਵ ਜਨਮਾਂ ਦਾ, ਪਰ ਅੰਤ ਵੇਲੇ ਕਿਸੇ ਨੇ ਸਹਾਈ ਨਹੀਂ ਹੋਣਾ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਕੋਈ ਕਰਮਾਂ ਕਰਕੇ ਨੇੜੇ ਕਰਮਾਂ ਕਰਕੇ ਦੂਰ। ਚੰਦ ਸੂਰਜ ਦੋਇ ਜਰੇ ਚਰਾਗਾ ਚੌਕੁੰਡ ਭੀਤਰ ਰਾਖੇ। ਪਰਿਪੂਰਨ ਪਰਮਾਤਮਾ ਨੇ ਚੰਦ ਅਤੇ ਸੂਰਜ ਦੋਵੇਂ ਦੀਵੇ ਕੀਤੇ ਨੇ, ਜਲ ਦੇ ਪ੍ਰਕਾਸ਼ ਕਰਨੇ ਲਈਏ ਚੌਕੁੰਟਾਂ ਵਿੱਚ ਰੱਖੇ ਨੇ ਪਰਮੇਸ਼ੁਰ ਨੇ। ਚੰਦ ਸੂਰਜ ਇਹ ਦੋ ਦੀਵੇ ਨੇ, ਚੰਦ ਸੂਰਜ ਦੋਇ ਜਰੇ ਚਰਾਗਾ ਚੌਕੁੰਡ ਭੀਤਰ ਰਾਖੇ। ਦਸ ਪਾਤੋਂ ਪੰਜ ਸੰਗੀਤਾ ਏਕੈ ਭੀਤਰ ਸਾਥੇ। ਜੋ ਦਸ ਇੰਦਰੀਆਂ ਨੇ ਇਹੀ ਵੇਸ਼ਿਆ ਗੋਪੀਆਂ ਨੇ, ਦਸ ਇੰਦਰੀਆਂ ਪੰਜ, ਜੋ ਕਾਮ ਕਰੋ ਲੋਭ ਅਹੰਕਾਰ ਉਹ ਸੰਗੀਤਾ ਨੇ, ਤੈਨਾਂ ਇੰਦਰੀਆਂ ਰੂਪ ਮਾਤਰਾਂ ਦੇ ਉਹ ਡੋਂ ਪਿੱਛੇ ਤਾਲ ਦੇਣ ਵਾਲੇ, ਪਰੰਤੂ ਇੱਕ ਦੇ ਵਿੱਚ ਹੀ ਸਾਥ ਹੈ। ਸੋ ਇੱਕ ਅਗਿਆਨ ਮਨ ਨੂੰ ਵਿੱਚ ਹੀ ਸਭ ਸਾਥ, ਕਿਤੇ ਦੂਰ ਨਹੀਂ, ਏਕ ਹੈ ਭੀਤਰ ਸਾਥੇ।
ਭੈਣ ਭੈਣ ਹੋਏ ਭਾਵ ਦਿਖਾਵੇ ਸਭੋ ਨਰਾਰੀ ਪਾਖੇ। ਇਹ ਇੰਦਰੀ ਜੁਦਾ ਜੁਦਾ ਹੋ ਕੇ ਦਿਖਾਉਂਦੇ ਨੇ, ਆਪਣੇ ਆਪਣੇ ਵਿਸ਼ਿਆਂ ਦੀ ਤਰਫ਼ ਖਿੱਚਦੇ ਨੇ ਇਹ ਇੰਦਰੀ ਆਪਾਂ ਨੂੰ। ਸਭਨਾਂ ਦੀ ਨਿਆਰੀ ਨਿਆਰੀ ਬੋਲੀ ਹੈ ਪਾਤਸ਼ਾਹ, ਇਹ ਵੀ ਫਰਮਾਉਂਦੇ ਨੇ ਇਹਨਾਂ ਦੀ ਬੋਲੀ ਵੀ ਨਿਆਰੀ ਹੈ ਸਭਨਾਂ ਦੀ। ਸਭਨਾਂ ਦਾ ਜੁਦਾ ਜੁਦਾ ਰਸ ਹੈ ਸਾਰਿਆਂ ਦਾ ਹੀ। ਘਰ ਘਰ ਨਿਰਤ ਹੋਵੇ ਦਿਨ ਰਾਤੀ ਘੱਟ ਘੱਟ ਵਾਜੈ ਤੂਰਾ। ਸਤਿਗੁਰੂ ਫਰਮਾਉਂਦੇ ਨੇ ਸਰੀਰ ਸਰੀਰ ਵਿੱਚ ਰਾਮ ਦਿਨ ਨਿਰਤ ਹੋਵੇ, ਘਟਾਂ ਘਟਾਂ ਵਿੱਚ ਸੰਕਲਪ ਰੂਪ ਵਾਜੇ ਵੱਜ ਰਹੇ ਨੇ। ਏਕ ਨਚਾਵੇ ਏਕ ਪਵਾਵੇ ਇੱਕ ਆਏ ਜਾਏ ਹੋਏ ਤੂਰਾ। ਪਰਮੇਸ਼ਰ ਕਰਮਾਂ ਦੇ ਅਨੁਸਾਰ ਇੱਕ ਨਾਲ ਨੂੰ 84 ਵਿੱਚ ਨਚਾਉਂਦਾ ਹੈ, ਇੱਕ ਨਾਲ ਨੂੰ ਆਪਣੀ ਤਰਫ਼ ਪਵਾ ਲੈਂਦਾ। ਸੋ ਭਜਨ ਵਿੱਚ ਲਾਏ ਜੋ ਨੱਚਦੇ ਨੇ ਸੋ ਜਨਮ ਦੇ ਮਿਲਦੇ ਗਰਦ ਵਿੱਚ ਮਿਲਦੇ ਨੇ। ਕਹ ਨਾਨਕ ਸੋ ਬਹੁਰ ਨਾ ਨਾਚੈ ਜਿਸ ਗੁਰ ਭੇਟੈ ਪੂਰਾ। ਪਾਤਸ਼ਾਹ ਫਰਮਾਉਂਦੇ ਨੇ ਸੋ ਫਿਰ ਇਸ ਰਸ ਵਿੱਚ ਨਹੀਂ ਨੱਚਦੇ ਜਿਹਨਾਂ ਨੂੰ ਗੁਰੂ ਪੂਰਾ ਮਿਲਿਆ, ਉਹ ਨਹੀਂ ਨੱਚਦੇ। ਪੂਰਾ ਪਰਬ ਅਰਾਧਿਆ ਪੂਰਾ ਜਾਕਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਗੁਣ ਗਾਉਂਦੇ ਨੇ ਪੂਰੇ ਦੇ, ਪੂਰਾ ਗੁਰੂ ਮਿਲਿਆ। ਰਾਮ ਕਲੀ ਮਹੱਲਾ ਪੰਜੋ ਓ ਅੰਕਾਰ ਏਕ ਧੁਨ ਏਕੈ ਏਕੈ ਰਾਗ ਅਲਾਪੈ। ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰਮੁਖਾਂ ਦੀ ਰਾਸ ਬਿਆਨ ਕਰਦੇ ਨੇ। ਓ ਅੰਕਾਰ ਏਕ ਧੁਨ ਏਕੈ ਏਕੈ ਰਾਗ ਅਲਾਪੈ। ਇੱਕੋ ਇੱਕ ਜੋ ਓ ਅੰਕਾਰ ਨਾਮ ਦੀ ਧੁਨੀ ਮੁੱਖ ਤੋਂ ਨਿਕਾਲਦੇ ਨੇ ਇਹੀ ਇੱਕ ਰਾਗ ਅਲਾਪਦੇ ਨੇ। ਏਕਾ ਦੇਸੀ ਏਕ ਦਿਖਾਵੈ ਏਕੋ ਰਹਿਆਵੈ ਏਕਾ ਸੁਰਤ ਏਕਾ ਹੀ ਸੇਵਾ ਏਕੋ ਗੁਰ ਤੇ ਜਾਪੈ। ਜੋ ਗੁਰਮੁਖ ਇੱਕ ਬ੍ਰਹਮ ਦੇ ਦੇਸੀ ਨੇ ਉਹ ਜਗਿਆਸੂਆਂ ਨੂੰ ਵੀ ਇੱਕ ਬ੍ਰਹਮ ਦਿਖਾਉਂਦੇ ਨੇ। ਉਹ ਕਿੱਥੇ ਹੈ ਪਾਤਸ਼ਾਹ ਫਰਮਾਉਂਦੇ ਨੇ ਉਹ ਬ੍ਰਹਮ ਸਰਬ ਹੈ ਵਿਆਹ ਭਰਿਆ ਹੈ, ਬ੍ਰਹਮ ਹੀ ਬਸ ਰਿਹਾ ਹੈ। ਜਿਸ ਇੱਕ ਦੀ ਹੀ ਸੁਸ਼ਟੂ ਪ੍ਰੀਤੀ ਸੁਰਤ ਤਿਸ ਇੱਕ ਦੀ ਉਹ ਸੇਵਾ ਕਰਦੇ ਨੇ। ਬੇਨਤੀ ਕੀਤੀ ਪਾਤਸ਼ਾਹ ਗੁਰਦੇਵ ਇੱਕ ਕਿਸ 'ਤੇ ਜਾਣਿਆ ਜਾਵੇਗਾ ਉਹ ਜੋ ਇੱਕ ਹੈ। ਸਤਿਗੁਰੂ ਕਹਿਣ ਲੱਗੇ ਇੱਕ ਬ੍ਰਹਮ ਉਹ ਗੁਰੂ ਤੋਂ ਜਾਣਿਆ ਜਾਂਦਾ ਹੈ, ਏਕੋ ਗੁਰ ਤੇ ਜਾਪੈ ਗੁਰੂ ਦੀ ਬਖਸ਼ਿਸ਼ ਨਾਲ ਉਹ ਜਾਣਿਆ ਜਾਂਦਾ ਗੁਰੂ ਦੀ ਕਿਰਪਾ ਨਾਲ। ਭਲੋ ਭਲੋ ਰੇ ਕੀਰਤਨੀਓ ਰਾਮ ਰਮਾ ਰਾਮ ਗੁਣ ਗਾਓ ਛੋੜ ਮਾਇਆ ਕੇ ਧੰਦ ਸੁਆਓ। ਇਹ ਪਿਆਰੀ ਲਕਸ਼ਮੀ ਪਤੀ ਰਾਮ ਦੇ ਗੁਣ ਗਾਉਂਦਾ ਹੈ। ਮਾਇਆ ਦੇ ਧੰਦਿਆਂ ਦਾ ਸਵਾਦ ਲਾਭ ਛੱਡ ਦਿੱਤਾ, ਉਹ ਕੀਰਤਨੀ ਆ ਕੀਰਤਨ ਕਹਿਣ ਵਾਲਾ ਜੋ ਪਰਮੇਸ਼ੁਰ ਦੀ ਕੀਰਤੀ ਗਾਉਂਦਾ ਹੈ ਕਰਦਾ ਹੈ। ਪਾਤਸ਼ਾਹ ਫਰਮਾਉਂਦੇ ਨੇ ਮਨ ਬਾਣੀ ਕਰਕੇ ਉਹ ਭਲਾ ਹੈ। ਭਲੋ ਭਲੋ ਰੇ ਕੀਰਤਨੀਆ ਰਾਮ ਰਮਾ ਰਾਮਾ ਗੁਣ ਗਾਓ ਛੋੜ ਮਾਇਆ ਕੇ ਧੰਦ ਸਵਾਉ। ਜੋ ਮਾਇਆ ਦਾ ਮੋਹ ਕੋਈ ਦੰਭ ਤੇ ਪਖੰਡ ਨਹੀਂ। ਪਾਤਸ਼ਾਹ ਫਰਮਾਉਂਦੇ ਨੇ
ਉਹ ਭਲਾ ਹੈ ਮਨ ਬਾਣੀ ਕਰਕੇ ਹੀ ਜੀਵ ਰਾਮ ਵਿੱਚ ਰਮ ਕੇ ਰਾਮ ਦੇ ਗੁਣ ਗਾਓ, ਪਰਮੇਸ਼ਵਰ ਦੀ ਯਾਦ ਚਿੰਤਨ ਵਿੱਚ ਜੁੜੋ, ਅਮੋਲਕ ਜਨਮ ਦਾ ਲਾਹਾ ਲਵੋ। ਪੰਚ ਬਚਿੱਤਰ ਕਰੇ ਸੰਤੋਖਾ ਸਾਧ ਸੁਰਾ ਲੈ ਚਾਲ। ਪੰਚ ਸੰਤੋਖ ਆਦਿਕ ਗੁਣੇ ਪੰਜ ਵਾਜੇ ਕਰੇ। ਸਤ ਸੁਰ ਕਰਨਾ ਮੈਤਰੀ ਬੁੱਧਤਾ ਵੇਖਿਆ ਸ਼ਾਂਤੀ। ਪਾਤਸ਼ਾਹ ਗੁਰਦੇਵ ਪਾਵਨ ਬਚਨ ਕਹੇ ਸਰਲਤਾ ਖੇਮਾ ਇਹਨਾਂ ਦੀ ਪ੍ਰੀਤੀ ਵਿੱਚ ਚੱਲਦੇ ਨੇ। ਜੋ ਪਾਤਸ਼ਾਹ ਬਚਨ ਕਹਿੰਦੇ ਨੇ ਪੰਚ ਬਚਿੱਤਰ ਕਰੇ ਸੰਤੋਖਾ ਸਾਧ ਸੁਰਾ ਲੈ ਚਾਲੇ, ਕਰਨਾ ਮੈਤਰੀ ਬੁੱਧਤਾ ਅਪੇਖਿਆ ਸ਼ਾਂਤੀ ਸ਼ਰਧਾ ਖੇਮਾ ਇਹਨਾਂ ਦੀ ਪ੍ਰੀਤੀ ਵਿੱਚ ਚੱਲਦੇ ਨੇ। ਬਾਜਾ ਮਾਣ ਤਾਣ ਤਜਤਾ ਨਾ ਪੌਂਦ ਬੀਗਾ ਕਾਲ, ਫੇਰੀ ਫੇਰ ਨਾ ਹੋਵੇ ਕਬਹੀ ਏਕ ਸ਼ਬਦ ਬੰਦ ਪਾਲ। ਸਤਿਗੁਰੂ ਫਰਮਾਉਂਦੇ ਨੇ ਬਾਜਾ ਇਹੀ ਜੋ ਮਾਣ ਤਿਆਗਿਆ, ਸੰਸਾਰ ਦਾ ਬਲ ਤਿਆਗ ਦਿੱਤਾ, ਇਹੀ ਤਾਣਾ ਲਾਉਣਾ ਕੀਤਾ, ਜੋ ਬੁੱਧੀ ਨੂੰ ਕੁਮਾਰਗ ਵਿੱਚ ਨਹੀਂ ਪਾਉਂਦੇ, ਇਹ ਨਿਰਾਕਾਰੀ ਹੈ। ਫੇਰੀ ਇਹ ਲੈਂਦੇ ਨੇ ਜੋ 84 ਵਿੱਚ ਤਿੰਨਾਂ ਦਾ ਕਦੇ ਵੇਦਾ ਨਹੀਂ ਹੁੰਦਾ, 84 ਤੇ ਰਹਿਤ ਹੋ ਜਾਂਦੇ, ਗੁਰੂ ਉਪਦੇਸ਼ ਰੂਪ ਹੀ ਖਰਚ ਪੱਲੇ ਬੰਦੇ ਆ। ਨਾਲ ਦੀ ਨਾਲ ਹਰ ਜਾਣ ਹਦੂਰੇ, ਨਾਲ ਦੀ ਨਿਰਤ ਕਿਹੜੀ ਹੈ, ਜੋ ਪਰਮੇਸ਼ਵਰ ਨੂੰ ਹਜ਼ੂਰ ਪਾਸ ਜਾਣਿਆ ਕਿ ਮੇਰਾ ਵਾਹਿਗੁਰੂ ਹਾਜ਼ਰਾ ਹਜ਼ੂਰ ਹੈ, ਉਹ ਦੇਖਦਾ ਹੈ ਸੁਣਦਾ ਹੈ। ਘੁੰਗਰੂ ਖੜਕ ਤੇ ਆਗ ਵਸੂਰੇ, ਘੁੰਗਰੂਆਂ ਦਾ ਸ਼ਬਦ ਇਹੀ ਜੋ ਝੋਰਿਆਂ ਨੂੰ ਤਿਆਗਿਆ, ਸੰਸਿਆਂ ਨੂੰ ਤਿਆਗਿਆ। ਸਹਿਜ ਆਨੰਦ ਦਿਖਾਵੈ ਭਾਵੈ, ਇਹੋ ਨਿਰਤਕਾਰੀ ਜਨਮ ਨਾ ਆਵੈ। ਪਾਤਸ਼ਾਹ ਫਰਮਾਉਂਦੇ ਜੋ ਆਤਮਾਨੰਦ ਪ੍ਰਾਪਤ ਹੈ ਤੇ ਦਾ ਨਿਰੂਪਣ ਇਹ ਦਿਖਾਉਂਦੇ ਨੇ ਕਿ ਇਸ ਨਿਰਤ ਦੇ ਕਰਨ ਵਾਲੇ ਜਨਮ ਵਿੱਚ ਨਹੀਂ ਆਉਂਦੇ। ਜੇ ਕੋ ਆਪਣੇ ਠਾਕੁਰ ਪਾਵੈ, ਕੋਟ ਵੱਧ ਇਹੋ ਕੀਰਤਨ ਗਾਵੈ। ਪਾਤਸ਼ਾਹ ਫਰਮਾਉਂਦੇ ਨੇ ਜੋ ਆਤਮਾਨੰਦ ਪ੍ਰਾਪਤ ਹੈ ਇਸਦਾ ਨਿਰੂਪਣ ਇਹ ਦਿਖਾਉਂਦੇ ਨੇ, ਇਸ ਨਿਤ ਦੇ ਕਰਨ ਵਾਲੇ ਨੂੰ ਜਨਮ ਨਹੀਂ ਹੁੰਦਾ। ਜੇ ਕੋ ਆਪਣੇ ਠਾਕੁਰ ਪਾਵੈ, ਕੋਟ ਮੱਧ ਇਹੋ ਕੀਰਤਨ ਗਾਵੈ। ਜੋ ਕੋਈ ਪੁਰਸ਼ ਆਪਣੇ ਠਾਕੁਰ ਪਰਮੇਸ਼ਰ ਨੂੰ ਪਾ ਜਾਵੇ, ਸੋ ਕੋਈ ਕਰੋੜਾਂ ਵਿੱਚੋਂ ਇੱਕ ਇਸ ਕੀਰਤਨ ਨੂੰ ਗਾਉਂਦਾ ਹੈ। ਸਾਧ ਸੰਗਤ ਕੀ ਜਾਵੋ ਟੇਕ, ਕਹ ਨਾਨਕ ਤਿਸ ਕੀਰਤਨ ਏਕ। ਪਾਤਸ਼ਾਹ ਫਰਮਾਉਂਦੇ ਨੇ ਐਸੇ ਜੋ ਸ੍ਰਿਸ਼ਟ ਨੇ ਉੱਤਮ ਸਾਧੂ ਨੇ ਜਿਨ੍ਹਾਂ ਦੀ ਸੰਗਤ ਆਸਰੇ ਜਾਂਦਾ ਹੈ, ਇਸ ਨੂੰ ਇੱਕ ਬ੍ਰਹਮ ਦੀ ਪ੍ਰਾਪਤੀ ਦਾ ਹੇਤੂ ਕੀਰਤੀ ਪਰਮੇਸ਼ਰ ਦੀ ਮਿਲਦੀ ਹੈ। ਕਹ ਨਾਨਕ ਤਿਸ ਕੀਰਤਨ ਏਕ, ਉਹ ਗੁਣ ਗਾਉਂਦਾ ਹੈ ਗੁਰੂ ਨਾਨਕ ਦੇ। ਜਹਾਂਗੀਰ ਬਾਦਸ਼ਾਹ ਨੇ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਪੁੱਛਿਆ ਕਿ ਹਿੰਦੂਆਂ ਦਾ ਪੱਖ ਅਧਿਕ ਹੈ, ਇਹ ਬੇਨਤੀ ਅਰਜ ਗੁਜਾਰੀ ਪਾਤਸ਼ਾਹ ਮੁਸਲਮਾਨਾਂ ਦਾ ਤਾਂ ਪ੍ਰਭੂ ਸਾਹਿਬ ਇੱਕ ਹੈ ਜਦੋਂ ਨੇ, ਪਰਮੇਸ਼ੁਰ ਇੱਕ ਹੈ ਜਦੋਂ ਹੈ, ਪ੍ਰਤੀ ਪੱਖਾਂ ਦੇ ਬਰਾਬਰ ਕਰਕੇ ਸਤਿਗੁਰੂ ਪਾਤਸ਼ਾਹ ਜੀ ਹੁਕਮ ਮੰਨਣੇ ਵਾਲੇ ਦੀ ਅਧਿਕਤਾ ਦਿਖਾਉਂਦੇ ਨੇ। ਪਾਵਨ ਬਾਣੀ ਉਚਾਰੀ ਜਦੋਂ ਇਹ ਵਚਨ ਕੀਤੇ ਜਹਾਂਗੀਰ ਬਾਦਸ਼ਾਹ ਨੇ ਕਿ ਹਿੰਦੂਆਂ ਦਾ ਪੱਖ ਜ਼ਿਆਦਾ ਮੁਸਲਮਾਨਾਂ ਦਾ ਤਾਂ ਘੱਟ,
ਔਰ ਪ੍ਰਭੂ ਸਾਹਿਬ ਇੱਕ ਹੈ ਜੋ ਦੋ ਨੇ ਪਰਮੇਸ਼ਰ ਇੱਕ ਹੈ। ਪ੍ਰਤੀ ਪਾਤਸ਼ਾਹ ਕਹਿਣ ਲੱਗੇ ਰਾਮ ਕਲੀ ਮਹਲਾ ਪੰਜੋਂ ਕੋਈ ਬੋਲੇ ਰਾਮ ਰਾਮ ਕੋਈ ਖੁਦਾ ਕੋਈ ਸੇਵੈ ਗੁਸਈਆ ਕੋਈ ਅਲਾ ਕੋਈ ਹਿੰਦੂ ਤੋਂ ਰਾਮ ਰਾਮ ਬੋਲਦੇ ਨੇ ਮੁਸਲਮਾਨ ਉਸਨੂੰ ਖੁਦਾ ਕਹਿੰਦੇ ਨੇ ਇਸੀ ਨੂੰ ਹਿੰਦੂ ਗੁਸਈਆਂ ਸੇਵਦੇ ਨੇ ਮੁਸਲਮਾਨ ਅੱਲਾਹ ਕਹਿੰਦੇ ਨੇ ਕਾਰਣ ਕਰਣ ਕਰੀਮ ਕਿਰਪਾ ਧਾਰ ਰਹੀਮ ਹਿੰਦੂ ਕਾਰਣ ਕਰਨ ਕਹਿੰਦੇ ਨੇ ਮੁਸਲਮਾਨ ਉਸਨੂੰ ਕਰੀਮ ਕਹਿੰਦੇ ਨੇ ਉਸਨੂੰ ਹਿੰਦੂ ਕਿਰਪਾ ਧਾਰ ਕਹਿੰਦੇ ਨੂੰ ਮੁਸਲਮਾਨ ਰਹੀਮ ਕਹਿੰਦੇ ਨੇ ਕੋਈ ਨਾਵੈ ਤੀਰਥ ਕੋਈ ਹਜ ਜਾਏ ਕੋਈ ਕਰੇ ਪੂਜਾ ਕੋਈ ਸਿਧਵਾ ਹਿੰਦੂ ਤੀਰਥ ਲਾਉਂਦੇ ਨਹੀਂ ਮੁਸਲਮਾਨ ਹੱਜ ਕਰਨ ਜਾਂਦੇ ਨੇ ਹਿੰਦੂ ਪੂਜਾ ਕਰਦੇ ਨੇ ਮੁਸਲਮਾਨ ਸਿੱਧ ਲਾਉਂਦੇ ਨੇ ਨਵਾਜ਼ ਪੜ੍ਹਦੇ ਨੇ ਕੋਈ ਪੜੈ ਵੇਦ ਕੋਈ ਕਦੇਵ ਕੋਈ ਓਡੈ ਨੀਲ ਕੋਈ ਸਫੇਦ ਹਿੰਦੂ ਵੇਦ ਪੜ੍ਹਦੇ ਨੇ ਮੁਸਲਮਾਨ ਕਿਤਾਬਾਂ ਪੜ੍ਹਦੇ ਨੇ ਮੁਸਲਮਾਨ ਨੀਂਦ ਉੱਡਦੇ ਨੇ ਹਿੰਦੂ ਸਫੈਦ ਉੱਡਦੇ ਨੇ ਕੋਈ ਕਹੈ ਤੁਰਕ ਕੋਈ ਕਹੈ ਹਿੰਦੂ ਕੋਈ ਵੰਸ਼ੈ ਭਿਸਤ ਕੋਈ ਸੁਰ ਗਿੰਦੂ ਕੋਈ ਆਪਣੇ ਆਪ ਨੂੰ ਤੁਰ ਕਹਿੰਦੇ ਨੇ ਕਿ ਅਸੀਂ ਹਿੰਦੂ ਹਾਂ ਮੁਸਲਮਾਨ ਭਿਸਤ ਚਾਹੁੰਦੇ ਨੇ ਹਿੰਦੂ ਸੁਰਗ ਚਾਹੁੰਦੇ ਨੇ ਸੁਰਗ ਦੇ ਪਤੀ ਹੋਣਾ ਚਾਹੁੰਦੇ ਨੇ ਇੰਦਰ ਦੀ ਪਦਵੀ ਵਾਂਛਦੇ ਨੇ ਪਰ ਪਾਤਸ਼ਾਹ ਗੁਰਦੇਵ ਦੇ ਪਾਵਨ ਬਚਨ ਨੇ ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ ਪਾਤਸ਼ਾਹ ਫਰਮਾਉਂਦੇ ਨੀ ਭਾਵੇਂ ਕੋਈ ਹਿੰਦੂ ਹੈ ਭਾਵੇਂ ਮੁਸਲਮਾਨ ਹੈ ਨਾ ਦੋਨਾਂ ਵਿੱਚੋਂ ਜਿਨ੍ਹਾਂ ਨੇ ਪਰਿਪੂਰਨ ਪਰਮਾਤਮਾ ਦੀ ਹੁਕਮ ਦੀ ਪਹਿਚਾਣ ਕੀਤੀ ਤਿੰਨਾਂ ਨੇ ਪਰਮੇਸ਼ੁਰ ਸਾਹਿਬ ਦਾ ਭੇਦ ਜਾਣ ਲਿਆ ਤਿੰਨਾਂ ਨੇ ਏਕਤਾ ਜਾਣੀ ਇੱਕ ਹੋ ਗਏ ਸਤਿਗੁਰੂ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇੱਕ ਗਿਆਨਵਾਨ ਪ੍ਰੇਮੀ ਸਿੱਖ ਸੀ ਜੋ ਬੜਾ ਗਿਆਨਵਾਨ ਸੀ ਉਸਦਾ ਪਿਤਾ ਮ੍ਰਿਤੂ ਹੋਇਆ ਅਤੀ ਰੁਦਨ ਕਰਨ ਲੱਗਾ ਬੜਾ ਵੈਰਾਗੀ ਹੋਇਆ ਪਾਤਸ਼ਾਹ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਾਵਨ ਉਪਦੇਸ਼ ਬਖਸ਼ੀ ਉਹਦਾ ਸੋਗ ਨਿਵਰਤ ਕਰਨ ਵਾਸਤੇ ਪਾਵਨ ਬਚਨ ਕਹੇ ਜੋ ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ ਰਾਮ ਕਲੀ ਮਹਲਾ ਪੰਜੋਂ ਪਵਨ ਹੈ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਓ ਪਾਤਸ਼ਾਹ ਕਹਿਣ ਲੱਗੇ ਹੇ ਪਿਆਰਿਆ ਪਵਨ ਵਿੱਚ ਤੋਂ ਪਵਨ ਸਮਾ ਗਿਆ ਅਗਨੀ ਵਿੱਚ ਅਗਨ ਤੱਤ ਮਿਲਿਆ ਮਾਟੀ ਮਾਟੀ ਹੋਈ ਏਕ ਰੋਵਨ ਹਾਰੇ ਕੀ ਕਵਨ ਟੇਕ ਪ੍ਰਿਥਵੀ ਤੱਤ ਕੀ ਪ੍ਰਿਥਵੀ ਵਿੱਚ ਮਿਲ ਏਕਤਾ ਹੋ ਗਈ ਰੋਵਨ ਹਾਰੇ ਨੂੰ ਕਿਸ ਦੀ ਟੇਕ ਹੈ ਬੂਆ ਤੋਂ ਕੋਈ ਨਾ ਜੀਵ ਚੇਤਨ ਹੈ ਤੱਤ ਵੀ ਤੱਤਾਂ ਸੇ ਮਿਲ ਕੇ ਸਥਿਤ ਨੇ ਪੌਣ ਪਾਣੀ ਅਗਨੀ ਆਕਾਸ਼ ਧਰਤੀ ਇਹ ਪੰਜ ਤੱਤ ਨੇ ਤੱਤ ਤੱਤਾਂ ਵਿੱਚ ਮਿਲ ਗਏ
ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋ ਚਲਤ ਪਿਆ। ਪਾਤਸ਼ਾਹ ਕਹਿਣ ਲੱਗੇ ਪਿਆਰੇ ਆ ਕੌਣ ਮੂਆ, ਲਿੜਤਾ ਦੇ ਦੀਏ ਦੂਸਰੀ ਵੇਰ ਕਹਿੰਦੇ ਨੇ ਨਹੀਂ ਮੂਆ, ਦੇਹ ਮਰੀ ਹੈ ਆਤਮਾ ਮਰਿਆ। ਗੁਰੂ ਜੀ ਬ੍ਰਹਮ ਦੇ ਜਾਨਣ ਹਾਰੇ। ਪਾਤਸ਼ਾਹ ਕਹਿਣ ਲੱਗੇ ਜੋ ਬ੍ਰਹਮ ਦੇ ਜਾਨਣ ਹਾਰੇ ਤਿਹਨਾਂ ਦੇ ਸਾਥ ਮਿਲ ਕੇ ਵਿਚਾਰ ਕਰੋ ਬ੍ਰਹਮ ਗਿਆਨੀ ਰੱਬ ਦੇ ਜਨਾਂ ਨਾਲ, ਸੋ ਤੋ ਇਹੀ ਕਹਿਣਗੇ ਅਤੇ ਇਹ ਤਾਂ ਇੱਕ ਕੌਤਕ ਹੋਇਆ, ਲਿੱਤਰ ਹੀ ਹੋਇਆ ਹੈ। ਆਵਨ ਜਾਨ ਇੱਕ ਖੇਲ ਬਣਾਇਆ, ਆਗਿਆਕਾਰੀ ਕਿੰਨੀ ਮਾਇਆ, ਇਹ ਤਾਂ ਪਰਮੇਸ਼ੁਰ ਨੇ ਇੱਕ ਖੇਲ ਰਚਿਆ ਹੋਇਆ। ਨਹਿ ਕਿਛੁ ਜਨਮੈ ਨਹਿ ਕਿਛੁ ਮਰੈ, ਆਪਨ ਚਲਿਤ ਆਪ ਹੀ ਕਰੈ। ਪਰਮੇਸ਼ੁਰ ਨੇ ਕੌਤਕ ਰਚਿਆ ਹੋਇਆ, ਕੋਈ ਜੰਮਦਾ ਮਰਦਾ ਹੀ ਨਹੀਂ, ਤੱਤਾਂ ਵਿੱਚ ਤੱਤ ਮਿਲ ਗਏ। ਅਗਲੀ ਕਿਛ ਖਬਰ ਨਾ ਪਾਈ, ਰੋਵਨ ਹਾਰ ਭੇ ਊਠ ਸਦਾਈ। ਪਾਤਸ਼ਾਹ ਕਹਿਣ ਲੱਗੇ ਜਿੱਥੇ ਜਾਂਦਾ ਹੈ ਮਨੁੱਖ ਮ੍ਰਿਤੂ ਹੋ ਕੇ, ਉਸ ਅਗਲੀ ਠਾਉ ਦੀ ਕਿਸੇ ਨੇ ਖਬਰ ਨਹੀਂ ਪਾਈ। ਆਪਣੀ ਦੇ ਅੱਗੇ ਕੋ ਮੇਰਾ ਵੀ ਹਾਲ ਇਹੀ ਹੋਣਾ। ਇਸੀ ਪ੍ਰਕਾਰ ਰੋਵਨ ਹਾਰ ਵੀ ਉੱਠ ਕੇ ਸਦਾ ਜਾਵੇਗਾ, ਜੋ ਰੋਂਦਾ ਹੈ ਉਸਨੇ ਵੀ ਅਵਸ਼ ਜਾਣਾ। ਭਰਮ ਮੋਹ ਕੇ ਬਾਂਧੇ ਬੰਦ, ਸੁਪਨ ਭਇਆ ਭਖ ਲਾਏ ਅੰਧ। ਭਰਮ ਤੇ ਮੋਹ ਦੇ ਬੰਧਨ ਵਿੱਚ ਜੀ ਬੰਧੇ ਹੋਏ ਨੇ, ਕਿਉਂਕਿ ਮੋਹ ਅਸੁਰੀ ਸੰਪਤੀ ਦਾ ਰਾਜਾ ਹੈ। ਮੋਹ ਦੇ ਵਿੱਚ ਬੰਧਿਆ ਹੋਇਆ ਮਨੁੱਖ ਝੂਠ ਬੋਲਦਾ, ਪਾਪ ਕਰਦਾ, ਚੋਰੀ ਕਰਦਾ। ਭਰਮ ਵਿੱਚ ਪਿਆ ਹੈ, ਬੰਧਨ ਵਿੱਚ ਬੰਧਿਆ ਗਿਆ, ਭਾਵੇ ਕਿ ਇੱਕ ਅਵਿਧਿਆ ਨਿੰਦਾ ਕਰਕੇ ਸੁਪਨਾ ਆਉਂਦਾ ਹੈ। ਇਹ ਸੁਪਨੇ ਦੇ ਪਦਾਰਥਾਂ ਨੂੰ ਦੇਖ ਕੇ ਅੰਧਾ ਜੀਵ ਅਗਿਆਨ ਅਵਿਧਿਆ ਦੀ ਅੰਧੇਰੀ ਰਾਤ ਵਿੱਚ ਜੀਵਨ ਵਾਲਾ ਭਰਮ ਦਾ ਬਿੜਾਮ ਦਾ ਤਪਦਾ ਹੈ। ਸੁਪਨ ਭਇਆ ਭਖ ਲਾਏ ਅੰਧ, ਇਹੋ ਤੋ ਰਚਨ ਰਚਿਆ ਕਰਤਾਰ, ਆਵਤ ਜਾਵਤ ਹੁਕਮ ਅਪਾਰ। ਇਹ ਤੋ ਰਚਨ ਰਚਿਆ ਕਰਤਾਰ। ਪਿਆਰੀਓ, ਇਹ ਸੰਸਾਰ ਤੋਂ ਕਰਤਾ ਪੁਰਖ ਨੇ ਇੱਕ ਤਮਾਸ਼ਾ ਰਚਿਆ ਹੈ। ਕਲਗੀਧਰ ਮਹਾਰਾਜ ਜੀ ਦੇ ਬਚਨ ਨੇ, ਮੈਂ ਹਾਂ ਪਰਮ ਪੁਰਖ ਕੋ ਦਾਸਾ, ਦੇਖਣੇ ਆਇਓ ਜਗਤ ਤਮਾਸ਼ਾ। ਤਮਾਸ਼ਾ ਹੀ ਹੈ ਜਗਤ ਦਾ, ਇਹ ਸਭ ਪਰਮੇਸ਼ੁਰ ਦੇ ਹੁਕਮ ਨਾਲ ਆਉਂਦੇ ਨੇ ਜਾਂਦੇ ਨੇ। ਜੇਹਾ ਚਿਰੀ ਲਿਖਿਆ ਤੇਹਾ ਹੁਕਮ ਕਮਾ ਕੇ, ਘੱਲੇ ਆਵ ਹੈ ਨਾਨਕਾ ਸੱਦੀ ਉੱਠੀ ਜਾਗੀ। ਘੱਲਿਆ ਸੀ ਆ ਗਿਆ, ਬੁਲਾਵਾ ਆਵੇਗਾ, ਜਾਣਾ ਪਵੇਗਾ। ਨਹਿ ਕੋ ਮੂਆ ਮਾਰਨ ਜੋਗ, ਨਹਿ ਬਿਨ ਸਹਿ ਅਵਨਾਸੀ ਹੋਗ। ਕੋਈ ਪਿੱਛੇ ਵੀ ਮੂਆ ਨਹੀਂ, ਅੱਗੇ ਮਰਨੇ ਲਾਇਕ ਨਹੀਂ, ਆਪੀ ਕੋਈ ਨਹੀਂ ਮਰਨਾ। ਤਿੰਨਾਂ ਕਾਲਾਂ ਵਿੱਚ ਅਵਨਾਸੀ ਪਰਮੇਸ਼ੁਰ ਹੀ ਹੈ। ਜੋ ਇਹੋ ਜਾਣੋ ਸੋ ਇਹੋ ਨਾ, ਜਾਣਨ ਹਾਰੇ ਕੋ ਬਲ ਜਾਓ। ਜੋ ਇਹੋ ਜਾਣੋ ਸੋ ਇਹੋ ਨਾ, ਜੋ ਇਹ ਸੰਸਾਰ ਇਸ ਜੀਵ ਵਿੱਚ ਜਾਣਦੇ ਸੋ ਇਹ ਨਹੀਂ, ਭਾਵ ਇਹੋ ਆਤਮਾ ਸਰੂਪ ਹੈ ਜਿਸਨੇ ਐਸੇ ਯਥਾਰਥ ਸਰੂਪ ਨੂੰ ਜਾਣਿਆ ਅਤੇ ਅਸੀਂ ਬਲਿਖਾਰ ਜਾਂਦੇ ਹਾਂ। ਕਹੋ ਨਾਨਕ ਗੁਰ ਭਰਮ ਚੁਕਾਇਆ,
ਨਾ ਕੋਈ ਮਰੈ ਨਾ ਆਵੈ ਜਾਇਓ। ਪਾਤਸ਼ਾਹ ਫਰਮਾਉਂਦੇ ਨੇ ਜਿਨ੍ਹਾਂ ਦਾ ਗੁਰੂ ਨੇ ਭਰਮ ਦੂਰ ਕੀਤਾ, ਇਹਦੀ ਨਿਸ਼ਚੇ ਵਿੱਚ ਨਾ ਕੋਈ ਆਉਂਦਾ ਹੈ, ਨਾ ਕੋਈ ਜਨਮਦਾ ਹੈ, ਨਾ ਕੋਈ ਮਰ ਕੇ ਜਾਂਦਾ ਹੈ, ਇੱਕ ਰਸ ਹੀ ਪਰਮਾਤਮਾ ਹੈ, ਵਾਹਿਗੁਰੂ ਹੈ। ਰਾਮ ਕਲੀ ਮਹੱਲਾ ਪੰਜਵਾਂ, ਜਪ ਗੋਬਿੰਦ ਗੋਪਾਲ ਲਾਲ, ਰਾਮ ਨਾਮ ਸਿਮਰ ਤੂੰ ਜੀਵੈ, ਫਿਰ ਨਾ ਖਾਈ ਮਹਾਕਾਲ। ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਉਪਦੇਸ਼ ਬਖਸ਼ਦੇ ਨੇ, ਪਿਆਰਿਓ ਜਪੋ ਗੋਬਿੰਦ, ਪ੍ਰਿਥਵੀ ਦੇ ਪਾਲਣ ਹਾਰੇ ਪਿਆਰੇ ਰਾਮ ਨਾਮ ਨੂੰ ਸਿਮਰੋ। ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ, ਇੱਕ ਦੀ ਯਾਦ ਵਿੱਚ ਜੁੜ, ਟੀਕ ਇੱਕ ਦੀ ਲੈ, ਸ਼ਰਣ ਇੱਕ ਦੀ ਲੈ, ਉਹ ਮਾਲਕ ਸਰਬ ਵਿਆਪਕ ਹੈ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਟਾਵੋ। ਇਸ 'ਤੇ ਤੂੰ ਸਦੀਵ ਜੀਵੇਂਗਾ, ਫਿਰ ਤੈਨੂੰ ਮਹਾਂਕਾਲ ਨਹੀਂ ਖਾਵੇਗਾ। ਜੋ ਵਾਹਿਗੁਰੂ ਦੇ ਲੜ ਲੱਗ ਗਏ, ਜੰਮਣ ਮਰਨ ਨਾ ਤਿੰਨ ਕੋ ਜੋ ਹਰ ਲੜ ਲਾਗੇ, ਜੀਵਤ ਸੇ ਪ੍ਰਵਾਨ ਹੋਏ ਹਰ ਕੀਰਤਨ ਜਾਗੀ, ਉਹ ਜਿਉਂਦੇ ਪ੍ਰਵਾਨ ਹੋ ਗਏ ਜੋ ਵਾਹਿਗੁਰੂ ਦੀ ਕੀਰਤੀ ਵਿੱਚ ਯਾਦ ਚਿੰਤਨ ਵਿੱਚ ਜਾਗੇ ਨੇ ਜਪਦੇ ਨੇ। ਕੋਟ ਜਨਮ ਭ੍ਰਮ 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 ਆਇਓ, ਵੱਡੇ ਭਾਗ ਸਾਧ ਸੰਗ ਪਾਇਓ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ ਪਿਆਰਿਆ, ਅਨੰਤ ਜਨਮਾਂ ਵਿੱਚ ਭਰਮਾਂ ਦਾ ਭਰਮਾਇਆ ਹੋਇਆ ਤੂੰ ਭਰਮ ਦਾ ਹੀ ਆਇਆ, ਕਿਉਂਕਿ ਮਨੁੱਖ ਦਾ ਇੱਕ ਜਨਮ ਨਾਲ ਸੰਬੰਧ ਨਹੀਂ ਹੁੰਦਾ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਖੈਬਰ ਬ੍ਰਿਖ ਜੋਇਓ, ਮਿਲ ਜਗਦੀਸ ਮਿਲਨ ਕੀ ਵਰੀਆ, ਚਰੰਗ ਕਾਲੀ ਦੇਸ ਜਰੀਆ। ਕਈ ਜਨਮ ਸੈਲ ਗਿਰ ਕਰਿਆ ਪੱਥਰ ਹੀ ਬਣਿਆ ਰਿਹਾ, ਕਈ ਜਨਮ ਗਰਭ ਗਿਰ ਕਰਿਆ, ਕਈ ਜਨਮ ਸਾਖ ਕਰ ਹੀ ਉਪਾਇਆ, ਲੱਖ 84 ਜੂਨ ਭਰਮਾਇਆ, ਆ ਕਣਕ ਝੋਨਾ ਆਦਿਕ ਇਹ ਵੀ ਜੂਨੀਆਂ ਨੇ। ਅਨੇਕਾਂ ਜਨਮ ਪਾਏ ਨੇ, 84 ਲੱਖ ਜੂਨ ਦਾ ਤੂੰ ਬਾਦਸ਼ਾਹ ਹੈ ਮਨੁੱਖ। ਅਵਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮੇਂ ਤੇਰੀ ਸਿਕਦਾਰੀ, ਤੂੰ ਸਰਮੌਲ ਤੇ ਮੁੱਖ ਪ੍ਰਧਾਨ ਹੈ। ਜੇ ਤੂੰ ਇਸ ਜਨਮ ਵਿੱਚ ਵੀ ਆ ਕੇ ਨਾਮ ਨਾ ਜਪਿਆ, ਪਰਮੇਸ਼ੁਰ ਦੇ ਸਨਮੁੱਖ ਨਾ ਹੋਇਆ, ਫਿਰ 84 ਦੇ ਗੇੜ ਵਿੱਚ ਪੈ ਜਾਵੇਗਾ। ਪਾਤਸ਼ਾਹ ਫਰਮਾਉਂਦੇ ਨੇ ਕੋਟ ਜਨਮ ਭ੍ਰਮ 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 ਆਇਓ, ਵੱਡਾ ਭਾਗ ਸਾਧ ਸੰਗ ਪਾਇਓ, ਅਬ ਵੱਡਿਆਂ ਭਾਗਾਂ ਕਰਕੇ ਪਦ ਬਲਪੁੰਨਾ ਕਰਕੇ ਸਾਧ ਸੰਗਤ ਨੂੰ ਤੈਂ ਪਾਇਆ, ਇਹ ਤੈਨੂੰ ਨਸੀਬ ਹੋਈ ਹੈ ਮਿਲੀ, ਕਿਉਂਕਿ ਸੰਗਤ ਵੀ ਇੰਜ ਨਹੀਂ ਮਿਲ ਜਾਂਦੀ। ਪਾਤਸ਼ਾਹ ਗੁਰਦੇਵ ਦੇ ਪਾਵਨ ਬਚਨ ਨੇ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ, ਸਾਰੇ ਕਰਮਾਂ ਨਾਲੋਂ ਸ੍ਰਿਸ਼ਟ ਉੱਤਮ ਕਰਮ ਹਰੀ ਦੀ ਕੀਰਤੀ ਹੈ, ਸੰਗਤ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਪ੍ਰਾਪਤ ਕਿਹਨਾਂ ਨੂੰ ਜੋ ਲਹਿਣਾ ਲਿਖਿਆ,
ਦਿੱਤਾ ਲਈਏ ਆਪਣਾ ਅਣ ਦਿੱਤਾ ਕਿਛ ਹੱਥ ਨਾ ਆਵੇ, ਆਪਣਾ ਦਿੱਤਾ ਕੀ ਆਪਾਂ ਲੈਂਦੇ ਹਾਂ। ਇਹ ਬਖਸ਼ਿਸ਼ਾਂ ਨੇ, ਕਿਉਂਕਿ ਲੇਖ ਲਿਖੇ ਨੇ ਵਿਧਾਤਾ ਦੇ ਕਿ ਸੰਗਤ ਵਿੱਚ ਆਵੇਗਾ ਗੁਰੂ ਨਾਨਕ ਦੇ ਘਰੋਂ ਬਖਸ਼ਿਸ਼ਾਂ ਰਹਿਮਤਾਂ ਲਵੇਗਾ। ਬਿਨ ਗੁਰ ਪੂਰੇ ਨਾਹੀ ਉਧਾਰ, ਬਾਬਾ ਨਾਨਕ ਆਖੈ ਇਹੋ ਵਿਚਾਰ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ ਬਿਨ ਗੁਰ ਪੂਰੇ ਨਾਹੀ ਉਧਾਰ, ਬਿਨਾਂ ਗੁਰੂ ਪੂਰਿਆਂ ਤੋਂ ਉਧਾਰ ਨਹੀਂ ਹੁੰਦਾ। ਗੁਰੂ ਵੀ ਪੂਰਾ ਹੋਵੇ, ਅਧੂਰਾ ਨਾ ਹੋਵੇ, ਕੱਚਾ ਨਾ ਹੋਵੇ, ਕਾਚੇ ਗੁਰ ਤੇ ਮੁਕਤ ਨਾ ਹੋਵੇ। ਪੂਰੇ ਗੁਰ ਕਾ ਸੁਣੀ ਉਪਦੇਸ਼ ਪਾਰ, ਬ੍ਰਹਮ ਨਿਗਟ ਕਰ ਵੇਖਵੇ, ਨਿਗਟ ਹੀ ਦੇਖੇਗਾ ਬਖਸ਼ਿਸ਼ਾ ਲਵੇਗਾ। ਬਿਨ ਗੁਰ ਪੂਰੇ ਨਾਹੀ ਉਧਾਰ, ਬਾਬਾ ਨਾਨਕ ਆਖੈ ਇਹੋ ਵਿਚਾਰ। ਭਾਈ ਸਾਡਾ ਕਹਿਆ ਹੋਇਆ ਇਹ ਉਪਦੇਸ਼ ਵਿਚਾਰ ਲੈ, ਇਹ ਸੱਤ ਹੈ ਕਿ ਗੁਰੂ ਦੀ ਸ਼ਰਨ ਹੋ ਕੇ ਹੀ ਨਾਮ ਜਪ, ਨਾਮ ਨੂੰ ਆਰਾਮ, ਬਖਸ਼ਿਸ਼ਾਂ ਪਾਵੇਗਾ, ਅਮੋਲਕ ਜਨਮ ਦਾ ਲਾਹਾ ਲੈ ਲਵੇਗਾ। ਕਿਉਂਕਿ ਗੁਰੂ ਤੋਂ ਬਿਨਾਂ ਨਿਕਾਲਦਾ ਦੇਦਾ ਹੈ ਗੁਰ ਬਿਨ ਘੋਰ ਅਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਕੁੰਭੇ ਵੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਵੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਤੋਂ ਬਿਨਾਂ ਗਿਆਨ, ਗੁਰੂ ਤੋਂ ਬਿਨਾਂ ਅੰਧਕਾਰ ਦਾ ਅੰਧੇਰਾ ਹੈ। ਰਾਗ ਰਾਮ ਕਲੀ ਮਹੱਲਾ ਪੰਜੋਵਾਂ, ਘਰ ਦੂਜੋ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਚਾਰ ਪੁਕਾਰੇ ਨਾ ਤੋ ਮਾਨੇ, ਖਟ ਪੀ ਏਕਾ ਬਾਤ ਵਖਾਨੇ। ਇੱਕ ਜੋਗੀ ਕਿਸੇ ਟਾਪੂ ਨੂੰ ਜਹਾਜ਼ ਪਰ ਚੜ੍ਹ ਕੇ ਗਿਆ ਅਤੇ ਉਹ ਜਹਾਜ਼ ਸਮੁੰਦਰ ਵਿੱਚ ਹੀ ਅਟਕ ਗਿਆ। ਤਬ ਲੋਕਾਂ ਨੇ ਕਿਹਾ, ਇੱਕ ਆਦਮੀ ਮਨੁੱਖ ਸਮੁੰਦਰ ਦੀ ਭੇਟਾ ਦਵੋ। ਤੋ ਸਭਨਾਂ ਨੇ ਵੀ ਸਲਾਹ ਕੀਤੀ ਕਿ ਜੋਗੀ ਨੂੰ ਸਮੁੰਦਰ ਵਿੱਚ ਸੁੱਟਿਆ ਜਾਵੇ, ਕਿਉਂਕਿ ਇਸਦਾ ਕੋਈ ਬਾਲੀ ਵਾਸ ਨਹੀਂ। ਦੋ ਮੱਚ ਨਿਕਲ ਗਿਆ, ਉਸ ਜੋਗੀ ਨੂੰ ਸੁੱਟਿਆ। ਇੱਕ ਕੰਨ ਕੱਟ ਕੇ ਮੱਛ ਨੇ ਪਾਲ ਦੇ ਕਿਨਾਰੇ ਉਸਨੂੰ ਉਗਲ ਦਿੱਤਾ। ਉਹ ਜੋਗੀ ਦੁਆਬੇ ਦੇਸ ਵਿੱਚ ਸ੍ਰੀ ਨਵਾਂ ਸ਼ਹਿਰ ਨਾਮ ਨਗਰ ਵਿੱਚ ਰਹਿਣ ਲੱਗਾ। ਬਹੁਤ ਰੋਜ਼ ਗੁਫਾ ਵਿੱਚ ਰਹਿ ਕੇ ਬਾਹਰ ਨਿਕਲਿਆ। ਤਬ ਜੋਗੀ ਨੇ ਕਿਹਾ, ਇੱਕ ਵਾਰ ਕੋਈ ਮੇਰਾ ਦਰਸ਼ਨ ਕਰੇਗਾ ਤੋ 101 ਵਰਸ਼ ਸਵਰਗ ਵਿੱਚ ਰਹੇਗਾ। ਇੱਕ ਸਾਲ ਜੋ ਮੇਰਾ ਦਰਸ਼ਨ ਕਰੇ, ਤਬ ਲੋਕ ਸਭ ਦਰਸ਼ਨਾਂ ਨੂੰ ਆਏ। ਇੱਕ ਗੁਰੂ ਦਾ ਸਿੱਖ ਪ੍ਰੇਮੀ ਉਹ ਸੰਕਰ ਨਾਮੇ ਨਗਰ ਵਿੱਚ ਰਹਿੰਦਾ ਸੀ, ਤੋ ਨਾ ਗਿਆ ਜੋ ਗੜ ਸ਼ੰਕਰ ਹੈ। ਤਬ ਜੋਗੀ ਨੇ ਪੁੱਛਿਆ, ਸਭ ਆ ਗਏ ਕਿ ਨਹੀਂ? ਤੋ ਇੱਕ ਨੇ ਕਿਹਾ ਕਿ ਇੱਕ ਸਿੱਖ ਨਹੀਂ ਆਇਆ ਗੁਰੂ ਦਾ। ਤਬ ਜੋਗੀ ਨੇ ਬੁਲਾਇਆ, ਤੋ ਵੀ ਨਾ ਆਇਆ। ਤਬ ਜੋਗੀ ਆਪ ਗਿਆ, ਸੁਣ ਕੇ ਜੋਗੀ ਦਾ ਆਉਣਾ, ਸਿੱਖ ਨੇ ਕਵਾੜ ਘਰ ਦੇ ਬੰਦ ਕਰ। ਤਬ ਜੋਗੀ ਨੇ ਕਿਹਾ ਕਿ ਕਵਾੜ ਖੋਲੋ, ਮੇਰਾ ਦਰਸ਼ਨ ਕਰੋ, ਤੈਨੂੰ ਸਵਰਗ ਮਿਲੇਗਾ। ਤੋ ਸਿੱਖ ਨੇ ਕਿਹਾ, ਮੈਂ ਸਵਰਗ ਦੀ ਚਾਹ ਨਹੀਂ ਰੱਖਦਾ, ਮੈਂ ਗੁਰੂ ਦੇ ਲੋਕ ਦੀ ਇੱਛਾ ਰੱਖਦਾ।
ਤਾਂ ਜੋਗੀ ਨੇ ਕਿਹਾ ਜਿਸ ਗੁਰੂ ਦੇ ਉਪਦੇਸ਼ ਕਰਕੇ ਤੈਨੇ ਸਵਰਗ ਦੀ ਚਾਹ ਤਿਆਗ ਦਿੱਤੀ ਤਾਂ ਦਰਸ਼ਨ ਮੈਨੂੰ ਵੀ ਕਰਾਓ। ਤਾਂ ਜੋਗੀ ਨੇ ਸਿੱਖ ਸਾਥ ਲੈ ਕੇ ਸ਼੍ਰੀ ਹਰਿਮੰਦਰ ਸਾਹਿਬ ਜੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ। ਤਾਂ ਜੋਗੀ ਨੇ ਗੁਰੂ ਜੀ ਦੀ ਉਮਰ ਪੁੱਛੀ, ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਦੀ ਆਯੂ ਉਮਰ ਬਹੁਤ ਘੱਟ ਸੀ, 40 ਵਰਸ ਦੀ ਉਮਰ ਸੀ। ਕੁਛ ਕੰਮ ਜ਼ਿਆਦਾ ਸੁਣ ਕੇ ਚਿੱਤ ਵਿੱਚ ਸ਼ੰਕਾ ਕੀਤੀ ਕਿ ਮੈਂ 500 ਵਰਸ ਦੀ ਉਮਰ ਵਾਲਾ, ਕਿਉਂਕਿ ਜੋਗੀ ਦੀ ਉਮਰ 500 ਸਾਲ ਦੀ ਸੀ, ਕਿ ਸਤਿਗੁਰੂ ਪਾਤਸ਼ਾਹ ਜੀ ਦੀ ਉਮਰ ਉਸ ਸਮੇਂ 40 ਸਾਲ ਦੀ, ਮੈਂ 500 ਸਾਲ ਦੀ ਉਮਰ ਵਾਲਾ ਇਹਨਾਂ ਉੱਤੇ ਕਿਆ ਉਪਦੇਸ਼ ਲਵਾਂਗਾ। ਐਸੀਆਂ ਸ਼ੰਕਾ ਕੇ ਪਿੱਛੇ ਨੂੰ ਮੁੜਿਆ ਤਾਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੀ ਅੰਤਰਜਾਮੀ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਸਤਿਗੁਰੂ ਜਾਣ ਗਏ, ਪਾਤਸ਼ਾਹ ਨੇ ਸੰਕਲਪ ਨੂੰ ਜਾਣ ਲਿਆ, ਉਸਨੂੰ ਬੁਲਾਇਆ, ਸਿੱਖ ਨੂੰ ਭੇਜਿਆ ਕਿ ਬੁਲਾ ਕੇ ਲਿਆਓ ਜੋਗੀ। ਤਾਂ ਤੰਬੂ ਸੇ ਖੱਤ ਬਾਹਰ ਕੱਢ ਕੇ ਗੁਰਦੇਵ ਨੇ ਜੋਗੀ ਨੂੰ ਉਹੀ ਕੰਨ ਸਹਿਤ ਮੁੰਦਰਾਂ ਦੇ ਇਸ ਨੂੰ ਦਿਖਾਇਆ ਕਿ ਦੇਖ ਤੇਰਾ ਕੰਨ ਹੈ ਜੋ ਮੱਛ ਨੇ ਖਾਧਾ ਸੀ। ਜੋਗੀ ਬੜਾ ਹੈਰਾਨ ਹੋਇਆ ਜਦੋਂ ਇਹ ਕੌਤਕ ਦੇਖਿਆ ਕਿ ਸਮੁੰਦਰ ਵਿੱਚ ਮੱਛ ਨੇ ਕੰਨ ਖਾਧਾ, ਸਤਿਗੁਰੂ ਪਾਸ ਚਰਨਾਂ 'ਤੇ ਟੈ ਪਿਆ। ਸਤਿਗੁਰੂ ਪਾਤਸ਼ਾਹ ਨੂੰ ਜਾਣਿਆ ਕਿ ਆਪ ਨਿਰੰਕਾਰ ਨੇ ਸ਼ਰਨ ਵਿੱਚ ਪੈ ਗਿਆ, ਉਪਦੇਸ਼ ਦੀ ਫਿਰ ਸ਼ਰਧਾ ਕੀਤੀ। ਗੁਰਦੇਵ ਪਾਤਸ਼ਾਹ, ਵੀ ਤੂੰ ਭੁੱਲ ਹੋ ਗਈ, ਮੈਂ ਸ਼ੰਕਾ ਕੀਤੀ, ਹੁਣ ਕਿਰਪਾ ਕਰੋ, ਮੈਨੂੰ ਉਪਦੇਸ਼ ਬਖਸ਼ੋ, ਉਤਾਰੋ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਾਵਨ ਬਾਣੀ ਉਚਾਰੀ, ਬਚਨ ਕਹਿਣ ਲੱਗੇ, ਚਾਰ ਪੁਕਾਰ ਹੀ ਨਾ ਤੂੰ ਮਨ ਹੀ, ਖੱਟ ਪੀ ਏਕਾ ਬਾਤ ਵਖਾ। ਇਹ ਜੋਗੀ ਚਾਰ ਵੇਦ ਜਿਸ ਸਿਧਾਂਤ ਨੂੰ ਕਹਿੰਦੇ ਨੇ ਪੁਕਾਰ ਕੇ, ਉਹ ਤੂੰ ਨਹੀਂ ਮੰਨਦਾ। ਛੇ ਸ਼ਾਸਤਰ ਇੱਕ ਹੀ ਬਚਨ ਨੂੰ ਕਥਨ ਕਰਦੇ ਨੇ, ਜੋ ਜੀਵ ਹੈ ਉਹ ਬ੍ਰਹਮ ਹੈ, ਜਗਤ ਇਹ ਝੂਠਾ ਹੈ, ਮਿਥਿਆ ਹੈ, ਉਹ ਵੀ ਤੂੰ ਨਹੀਂ ਮੰਨਦਾ। ਦਸ ਅਸ਼ਟੀ ਮਿਲ ਏਕੋ ਕਹਿਆ, ਤਾਂ ਵੀ ਜੋਗੀ ਭੇਦ ਨਾ ਲਿਆ। 18 ਰਾਣ ਉਹਨਾਂ ਨੇ ਵੀ ਮਿਲ ਕੇ ਇੱਕ ਪਰਮੇਸ਼ੁਰ ਨੂੰ ਸਦ ਵਿੱਚ ਪੂਰਨ ਕਹਿ ਦਿੱਤਾ। 18 ਰਾਣਾ ਨੇ ਕਿ ਇੱਕ ਪਰਮੇਸ਼ੁਰ ਸਰਬ ਵਿਆਪਕ ਹੈ, ਸਭਨਾ ਵਿੱਚ ਬੈਠਾ ਹੈ, ਜਰੇ ਜਰੇ ਵਿੱਚ ਰਮਿਆ। ਕਿ ਜੋਗੀ ਤੋਂ ਵੀ ਤੈਨੇ ਭੇਦ ਨਹੀਂ ਸਮਝਿਆ, ਇਹਨੇ ਆਪਣੇ ਸਰੂਪ ਨੂੰ ਨਹੀਂ ਜਾਣਿਆ ਕਿ ਮੈਂ ਕੀ ਹਾਂ। ਕਿੰਕਰੀ ਅਨੂਪ ਵਾਜੈ ਜੋਗੀਆ ਮਤ ਵਾਰੋ ਆਓ। ਇਹ ਜੋਗੀ ਜੋ ਬਾਹ ਸੁੰਦਰ ਕਿੰਕਰੀ ਵੱਜ ਰਹੀ ਹੈ, ਤੂੰ ਇਸ ਵਿੱਚ ਮਸਤ ਹੋ ਰਿਹਾ, ਤਾਂ ਚੇਤਨ ਸਤਾ ਰੂਪ ਜੋ ਕਿੰਕਰੀ ਪ੍ਰਗਟ ਰਹੀ ਹੈ, ਉਸ ਤੋਂ ਤੂੰ ਕਮਲਾ ਭੁੱਲ ਰਿਹਾ, ਉਹ ਤੈਨੂੰ ਪਤਾ ਕੀ ਨਹੀਂ, ਸੋਝੀ ਹੀ ਨਹੀਂ। ਪ੍ਰਿਥਵੈ ਵਸਿਆ ਸਤ ਕਾ ਖੇੜਾ, ਤ੍ਰਿਤੀਏ ਮੈਂ ਕਿਛ ਭਇਆ ਦੋ ਤੇੜਾ। ਪਹਿਲੇ ਸਤਯੁਗ ਦੇ ਯੁੱਗ ਵਿੱਚ ਸਤ ਦਾ ਨਗਰ ਵਸਿਆ ਸੀ, ਸਤਵਾਦੀ ਲੋਕ ਸੀ, ਸੱਚ ਬੋਲਦੇ ਸੀ, ਪਰਮੇਸ਼ੁਰ ਦੇ ਭੈ ਵਾਲੇ ਸੀ, ਸਭ ਕੋਈ ਸੱਚ ਬੋਲਦਾ ਸੀ। ਧਰਮ ਦੇ ਚਾਰ ਚੰਨ ਸਨ, ਤ੍ਰੇਤਾ ਯੁੱਗ ਆਇਆ, ਕੁਝ ਤੇੜਾ ਕੋਈ ਝੂਠ ਬੋਲਣ ਲੱਗ ਗਿਆ, ਕਲੇਸ਼ ਹੁੰਦਾ ਪਿਆ, ਦੋ ਚੰਨ ਰਹਿ ਗਏ। ਦੁਤੀਆ ਆਰ ਦੋ
ਅਰਧ ਸਮਾਇਆ ਏਕ ਰਹਿਆ ਤਾਂ ਏਕ ਦਿਖਾਇਆ। ਦੁਆਪਰ ਯੁੱਗ ਆਇਆ ਧਰਮ ਦੇ ਚਾਰ ਚਰਨਾਂ ਵਿੱਚੋਂ ਅੱਧੋ ਭਾਵ ਰਿਹਾ ਔਰ ਅੱਧਾ ਲੀਨ ਹੋ ਗਿਆ। ਜਬ ਪਰਮੇਸ਼ੁਰ ਨੇ ਇੱਕ ਕਲਯੁੱਗ ਦਿਖਾਇਆ ਵਰਤਾਇਆ ਤਬ ਇੱਕ ਚਰਨ ਰਿਹਾ, ਜਿਵੇਂ ਪਲੰਗ ਦੇ ਚਾਰ ਪਾਵੇ ਇੱਕ ਰਹਿ ਜਾਵੇ ਤਿੰਨ ਚਲੇ ਜਾਵੇ। ਇਹ ਕਲਯੁੱਗ ਦਾ ਯੁੱਗ ਹੈ। ਏਕੈ ਸੂਤ ਪਰੋਏ ਮਣੀਏ ਗਾਠੀ ਭਿੰਨ 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 ਤਣੀਏ। ਇੱਕ ਚੇਤਨ ਸਤਾ ਰੂਪੀ ਸੂਤ ਵਿੱਚ ਸਰੀਰ ਬਣ ਕੇ ਪਰੋਏ ਹੋਏ ਨੇ ਪਿਆਰੇ। ਵਰਣ ਆਸ਼ਰਮ ਰੂਪ ਗੰਢਾਂ ਚੌਹ ਯੁੱਗਾਂ ਵਿੱਚ ਜੁਦੀਆਂ ਜੁਦੀਆਂ ਵਿਸਤਾਰ ਦੀਆਂ ਨੇ। ਪ੍ਰਥਮ ਕਾਲ ਵਿੱਚ ਜਬ ਸਿੱਖ ਗੁਰੂ ਨੂੰ ਮਿਲਿਆ ਤਬ ਸਤ ਆਦਿ ਗੁਣਾਂ ਦਾ ਸਮੂਹ ਹਿਰਦੇ ਵਿੱਚ ਵਸਿਆ, ਸੋ ਮਾਨੋ ਨਗਰ ਵਸਿਆ। ਤੈਂ ਗੁਣੀ ਸੰਸਾਰ ਵਿੱਚ ਕੁਛ ਦਵੈਸ ਹੋਇਆ, ਸਤ ਅਸਤ ਨੂੰ ਵਿਚਾਰਨ ਲੱਗਿਆ। ਦੁਤੀਆ, ਸੰਸਾਰ ਵਿੱਚ ਮਾਇਆ ਦਾ ਚੇਤਨ ਭਾਗ, ਚੇਤਨ ਵਿੱਚ ਮਾਇਆ ਦਾ ਭਾਗ ਸਮਾਇਆ ਜਾਣਿਆ। ਅਸਦੋ ਅੱਧ ਦੁਤੀਆ, ਜੋ ਜੀਵ ਈਸ਼ਵਰ ਦਾ ਅੱਧਾ ਭਾਵ ਅੱਧਾ ਭਾਗ ਮਾਇਆ ਵਿਦਿਆ ਰੂਪ ਭਾਗ ਲੈ ਅਦਵੈਤ ਤਿਆ ਕੇ ਜਬ ਇੱਕ ਨਿਹਤੇ ਹੋਇਆ ਤਾਂ ਵੀ ਇੱਕ ਦੇਖਣੇ ਵਿੱਚ ਸਭ ਵਿਖੇ ਆਇਆ ਕਿ ਇੱਕ ਹੈ। ਏਕੈ ਸੂਤ ਪਰੋਏ ਮਣੀਏ ਗਾਠੀ ਭਿੰਨ 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 ਤਣੀਏ। ਇੱਕ ਚੇਤੋਂ ਸਤਾ ਰੂਪੀ ਸੂਤ ਵਿੱਚ ਸਰੀਰ ਬਣ ਕੇ ਪਰੋਏ ਹੋਏ ਨੇ ਪਿਆਰੇ। ਵਰਣ ਆਸ਼ਰਮ ਰੂਪ ਗੰਢਾਂ ਚੌਹ ਯੁੱਗਾਂ ਵਿੱਚ ਜੁਦੀਆਂ ਜੁਦੀਆਂ ਵਿਸਤਾਰਦੀਆਂ ਨੇ ਚਾਰੇ ਯੁੱਗਾਂ ਵਿੱਚ। ਫਿਰ ਧੀ ਮਾਲਾ ਬਹੁ ਬਿਦ ਪਾਏ ਖਿੰਚਿਆ ਸੂਤ ਤਾਂ ਆਈ ਥਾਏ। ਬਹੁਤ ਪ੍ਰਕਾਰ ਦੀ ਜੀਵਾਂ ਰੂਪ ਪੰਕਤੀ ਬਹੁਤ ਪ੍ਰਕਾਰ ਨਾਲ ਫਿਰਦੀ ਹੈ। ਜਬ ਚੇਤਨ ਸਤਾ ਰੂਪ ਸੂਤ ਨੂੰ ਖਿੱਚ ਲਿਆ ਤਬ ਅਭਾਵ ਹੋ ਜਾਂਦੀ ਹੈ। ਚੌਹ ਮੈਂ ਏਕੈ ਬਟ ਹੈ ਕੀਆ ਤਹਿ ਵਿਖੜੇ ਥਾਨ ਅਨਕ ਖਿੜ ਕੀਆ। ਚੌਹ ਯੁੱਗਾਂ ਨੂੰ ਚਾਰ ਤੱਤ ਸਰੀਰਾਂ ਨੂੰ ਮੱਟ ਬਣਾ ਕੇ ਇਹਨਾਂ ਵਿੱਚ ਇੱਕ ਪਰਮੇਸ਼ੁਰ ਨੇ ਸਥਿਤੀ ਨੂੰ ਕੀਤਾ। ਇਸਦੀ ਪ੍ਰਾਪਤੀ ਵਿੱਚ ਕਠਿਨ ਸਥਾਨ ਪੰਜ ਕੋਸ ਨੇ। ਜੋ ਕਾਮ ਕ੍ਰੋਧ ਲੋਭ ਅਹੰਕਾਰੀ ਪੰਜ ਵਿਕਾਰ ਨੇ ਸੋ ਲੰਘਣੇ ਬੜੇ ਔਖੇ ਨੇ। ਇਹਨਾਂ ਪੰਜਾਂ ਵਿਕਾਰਾਂ ਦੀ ਫਤਿਹ ਕੋਈ ਬਲੀ ਹੀ ਪਾਉਂਦਾ ਹੈ। ਪਾਤਸ਼ਾਹ ਦੇ ਬਚਨ ਵੀਰ ਨੇ ਜਿਨ ਮਿਲ ਮਾਰੇ ਪੰਚ ਸੂਰ ਵੀਰ ਐਸੋ ਕੌਣ ਬਲੀ ਰੇ। ਕੋਈ ਬਲੀ ਵੱਡਾ ਯੋਧਾ ਮਾਰੇਗਾ, ਕਿਉਂਕਿ ਇਹ ਪੰਜੇ ਜੋ ਕਾਮ ਕ੍ਰੋਧ ਲੋਭ ਅਹੰਕਾਰ ਨੇ ਇਹ ਵੀ ਬੜੇ ਸੂਰ ਵੀਰ ਨੇ। ਜਿਨ ਮਿਲ ਮਾਰੇ ਪੰਚ ਸੂਰ ਵੀਰ ਐਸੋ ਕੌਣ ਬਲੀ ਰੇ। ਜਿਨ ਪੰਚ ਮਾਰ ਵਦਾਰ ਗੁਜ਼ਾਰੇ ਸੋ ਪੂਰਾ ਇਹ ਕਲੀ ਰੇ। ਉਹ ਕਲਯੁੱਗ ਵਿੱਚ ਪੂਰਨ ਸੰਤ ਭਗਤ ਹੈ ਜਿਨ੍ਹਾਂ ਨੇ ਪੰਜਾਂ 'ਤੇ ਫਤਿਹ ਪਾ ਲਈ, ਕਿਉਂਕਿ ਜੋ ਪੰਜਾਂ 'ਤੇ ਫਤਿਹ ਪਾਵੇ ਉਹ ਪਰਮੇਸ਼ੁਰ ਨੂੰ ਮਿਲਦਾ ਹੈ। ਤਹਿ ਵਿਖੜੇ ਥਾਂ ਅਨਕ ਖਿੜਕੀਆ, ਇਹ ਬੜੇ ਵਕਾਰ ਲੰਘਣੇ ਔਖੇ ਨੇ। ਨੇਕ ਵਾਸ਼ਨਾ ਰੂਪ ਖਿੜਕੀਆਂ ਨੇ, ਕਿਉਂਕਿ ਮਨੁੱਖ ਜਿਉਂਦਾ ਹੈ ਜਗਤ ਦੀਆਂ ਆਸ਼ਨਾਵਾਂ ਵਾਸ਼ਨਾਵਾਂ ਇਹ ਖਿੜਕੀਆਂ ਨੇ। ਖੋਜਤ ਖੋਜਤ ਦੁਆਰੇ ਆਇਆ ਤਾ ਨਾਨਕ ਜੋਗੀ ਮਹਿਲ ਘਰ ਪਾਇਆ। ਸਤਿਗੁਰੂ ਫਰਮਾਉਂਦੇ ਨੇ ਜਬ ਖੋਜ ਨੂੰ ਖੋਜਦਿਆਂ ਹੋਇਆ ਗੁਰੂ ਦੇ ਦੁਆਰੇ ਆਇਆ, ਗੁਰੂ ਦੀ ਸ਼ਰਨ ਵਿੱਚ ਆਇਆ, ਤਬ ਜੋਗੀ ਜੁਣ ਵਾਲੇ ਨੇ ਆਪਣਾ ਆਪ ਪਹਿਚਾਣ ਲਿਆ। ਤਾਂ ਨਾਨਕ ਜੋਗੀ ਮਹਿਲ ਘਰ ਪਾਇਆ, ਪਰਮੇਸ਼ੁਰ ਨੂੰ ਪਾਇਆ।
ਸੂਪ ਘਰ ਵਿੱਚ ਸਰੀਰ ਨੂੰ ਪਾਇਆ, ਇੱਕ ਹੋ ਗਿਆ। ਸਤਿਗੁਰੂ ਤੋਂ ਬਖਸ਼ਿਸ਼ਾਂ ਲੈ ਕੇ ਜੋਗੀ ਦੀ ਮੁਕਤੀ ਹੋਈ। ਇਉਂ ਕੰਕਰੀ ਅਨੂਪ ਵਾਜੈ ਸੁਣ ਜੋਗੀ ਕੈ ਮਨ ਮੀਠੀ ਲਾਗੋ ਦੂਜਾ ਚੀਤੋ ਸਤਰੂਪ ਕਿੰਕਰੀ ਜੋ ਅਨੂਪ ਕੈ ਸੋ ਪ੍ਰਗਟ ਹੁੰਦੀ। ਹੇ ਜੋਗੀ ਤੂੰ ਸਾਡਾ ਉਪਦੇਸ਼ ਧਿਆਨ ਦੇ ਕੇ ਸੁਣੇ। ਕਿੰਕਰੀ ਜੁੜਨੇ ਵਾਲੇ ਪੁਰਸ਼ ਦੇ ਮਨ ਵਿੱਚ ਬੜੀ ਮਿੱਠੀ ਲੱਗਦੀ ਭਾਵੇਂ ਕਿ ਇਸਨੂੰ ਆਨੰਦ ਪ੍ਰਗਟ ਕਰਦੀ ਹੈ। ਸਤਿਗੁਰੂ ਪਾਤਸ਼ਾਹ ਤੋਂ ਉਪਦੇਸ਼ ਲੈ ਕੇ ਜੋਗੀ ਦੀ ਮੁਕਤੀ ਹੋਈ, ਬਖਸ਼ਿਸ਼ਾਂ ਲਈਆਂ। ਰਾਮ ਕਲੀ ਮਹੱਲਾ ਪੰਜੋ ਧਾਗਾ ਕਰਕੇ ਲਾਈ ਤੇ ਗਲੀ ਲਾ ਨਾੜੀ ਸੂਆ ਹੈ ਅਸਤੀ। ਪਾਤਸ਼ਾਹ ਫਰਮਾਉਂਦੇ ਨੇ ਜੋਗੀ ਪ੍ਰਤੀ ਹੀ ਉਪਦੇਸ਼ ਦਿੰਦੇ ਨੇ। ਤਾਗਾ ਕਰਕੇ ਲਾਈ ਥੇ ਗਲੀ, ਇਹ ਜੋਗੀ ਇਹ ਟਾਕੀ ਉਹ ਚਾਹ ਤਾਗਾ ਲੈ ਕਰਕੇ ਲਾਈ ਗਈ। ਤਾਗਾ ਕਿਹੜਾ? ਲਵੀਆਂ ਸਮੂਹ ਨਾੜੀਆਂ ਤਾਗਾ ਨੇ, ਖੱਡੀਆਂ ਨੇ ਜੋ ਸੀਵਣੇ ਦਾ ਸਾਧਨ ਸੂਆ ਹੈ। ਲੋ ਨਾੜੀ ਸੂਆ ਹੈ ਅਸਤੀ। ਆਂਬੈ ਕਾ ਕਰ ਡੰਡਾ ਧਰਿਆ, ਕਿਆ ਤੂੰ ਜੋਗੀ ਗਰਬੈ ਭਰਿਆ। ਕਿਉਂਕਿ ਜੋਗੀ ਨੂੰ ਹੰਕਾਰ ਸੀ ਕਿ 500 ਸਾਲ ਮੇਰੀ ਆ ਜਾ, ਇਤਨੀ ਵੱਡੀ ਮੇਰੀ ਆ ਜਾ। ਆਂਬੇ ਕਾ ਕਰ ਡੰਡਾ ਧਰਿਆ, ਕਿਆ ਤੂੰ ਜੋਗੀ ਗਰਬੈ ਭਰਿਆ। ਪ੍ਰਕਾਰ ਕਹਿੰਦੇ ਨੇ ਕਿ ਜਲ ਦਾ ਰਕਤ ਬਿੰਦ ਦਾ ਸਰੀਰ ਡੰਡਾ ਪਰਮੇਸ਼ਰ ਨੇ ਬਣਾ ਕੇ ਧਰਿਆ। ਰਕਤ ਬਿੰਦ ਕਰ ਨਿਮਿਆ ਅਗਨ ਉਧਰ ਮਝਾਰ, ਮਾਤਾ ਦੀ ਰਕਤ ਪਿਤਾ ਦਾ ਬਿੰਦ ਵੈਲੇ ਜਲ ਤੋਂ ਸੁੰਦਰ ਤਨ ਬਣਾਇਆ ਪਰਮੇਸ਼ਰ ਨੇ। ਇਹ ਜੋਗੀ ਤੂੰ ਕਿਆ ਹੰਕਾਰ ਵਿੱਚ ਪਿਆ, ਤੂੰ ਕਿਆ ਪਿਆ ਗਰਭ ਕਰਦਾ ਹੈ ਇਸ ਤਨ ਦਾ। ਜਪਨਾਥ ਦਿਨ ਰਹਿਣਾਈ, ਤੇਰੀ ਖਿੰਤਾ ਦੋ ਦਿਹਾਈ। ਇਹ ਜੋਗੀ ਤੂੰ ਪਰਮੇਸ਼ੁਰ ਨੂੰ ਦਿਨ ਰਾਤ ਜਪ, ਇਹ ਤੇਰੀ ਦੇਹ ਰੂਪ ਖਿੰਤਾ ਦੋ ਦਿਨ ਦੀ ਹੈ, ਥੋੜੇ ਦਿਨ ਹੀ ਰਹਿਣ ਵਾਲੀ ਹੈ, ਸਦੀਵੀ ਤੂੰ ਜਗਤ ਵਿੱਚ ਰਹਿਣਾ ਨਹੀਂ ਜਾਣਾ ਪਵੇਗਾ। ਗਹਿਰੀ ਬਿਭੂਤ ਲਾਏ ਬੈਠਾ ਤਾੜੀ, ਮੇਰੀ ਤੇਰੀ ਮੁੰਦਰਾ ਧਾਰੀ। ਗਾੜੀ ਬਿਭੂਤ ਲਾਈ ਤਾੜੀ ਲੈ ਕੇ ਬੈਠਾ, ਤੇਰੇ ਹਿਰਦੇ ਦੀ ਮੇਰੀ ਤੇਰੀ ਕਲਪਨਾ ਤੋਂ ਉੱਠੀ ਹੀ ਨਹੀਂ ਗਈ ਨੀ, ਇਤਨੀ ਤੇਰੀ ਆਜੂ ਹੋ ਗਈ। ਜੋ ਮੈਂ ਮੇਰੀ ਤੇਰੀ ਇਹ ਵਸਤੂ ਅੰਦਰੋਂ ਗਈ ਨੀ ਕਲਪਨਾ ਤੇਰੀ, ਮੁੰਦਰਾ ਕੰਨਾਂ ਵਿੱਚ ਪਹਿਰੀਆਂ ਹੋਈਆਂ ਨੇ ਤੇਰੇ, ਮੇਰੀ ਤੇਰੀ ਮੁੰਦਰਾ ਧਾਰੀ। ਮਾਂਗੇ ਟੂਕਾ ਤ੍ਰਿਪਤ ਨਾ ਪਾਵੇ, ਨਾਥ ਛੋੜ ਜਾਤੀ ਲੋਜ ਨਾ ਆਵੇ। ਟੁਕੜੇ ਮੰਗਦਾ ਹੈ ਟੁਕੜੇ ਟੁਕੜੇ, ਦਸ ਦਸ ਦਾ ਤੂੰ ਮੰਗਦਾ ਹੈ, ਤ੍ਰਿਪਤੀ ਨਹੀਂ ਪਾਉਂਦਾ। ਪਰਮੇਸ਼ੁਰ ਸਵਾਮੀ ਨੂੰ ਛੱਡ ਕੇ ਔਰਨਾ ਤੋਂ ਜੋ ਮੰਗਣਾ ਤੈਨੂੰ ਸ਼ਰਮ ਨਹੀਂ ਆਉਂਦੀ, ਲੱਜਾ ਨਹੀਂ ਆਉਂਦੀ। ਪਾਤਸ਼ਾਹ ਫਰਮਾਉਂਦੇ ਨੇ ਕਿ ਉਸ ਮਾਲਕ ਨੂੰ ਛੱਡ ਕੇ ਹੋਰਾਂ ਤੋਂ ਮੰਗਦਾ। ਜਾ ਕੋ ਠਾਕਰ ਉੱਚਾ ਹੋਈ ਸੋ ਜਨ ਪਰ ਘਰ ਜਾਤ ਨਾ ਸੋਈ। ਉਹ ਪਰਾਏ ਘਰ ਜਾਂਦਾ ਸੋ ਨਹੀਂ ਜਿਸਦਾ ਮਾਲਕ ਵੱਡਾ ਉੱਚਾ ਹੋ, ਕਿਉਂਕਿ ਉਹ ਮਾਲਕ ਵੱਡਾ ਹੈ। ਨਾਥ ਛੋੜ ਜਾਤੀ ਲਾਜ ਨਾ ਆਵੇ, ਦਲ ਦਲ ਮੰਗਦਾ ਹੈ ਪਰਮੇਸ਼ੁਰ ਨੂੰ ਛੱਡ ਕੇ। ਚੱਲ ਚਿਤ ਜੋਗੀ ਆਸਣ ਤੇਰਾ,
ਸੰਗੀ ਵਾਜੈ ਨਿਤ ਉਦਾਸੇ ਰਾ। ਹੇ ਜੋਗੀ, ਤੇਰਾ ਚਿੱਤ ਤੋਂ ਬੜਾ ਚੰਚਲ ਆਸਣ ਲਾ ਲਾ ਬਹਿੰਦਾ, ਚੇਤਨ ਸਤਾ ਰੂਪ ਸਿੰਘੀ ਜੋ ਵੱਜ ਰਹੀ ਹੈ ਤਿਸ ਤੇ ਨਿਤ ਹੀ ਤੂੰ ਉਦਾਸ ਰਹਿੰਦਾ ਹੈ। ਗੁਰ ਗੋਰਖ ਕੀ ਤੈ ਬੂਝ ਨਾ ਪਾਈ, ਇਰ ਫਿਰ ਜੋਗੀ ਆਵੈ ਜਾਈ। ਵੱਡਾ ਜੋ ਪਰਮੇਸ਼ੁਰ ਪ੍ਰਿਥਵੀ ਦੀ ਰੱਖਿਆ ਕਰਨ ਵਾਲਾ, ਤਿਸ ਦੀ ਤੈਨੇ ਸਮਝ ਨਹੀਂ ਪਾਈ ਹੈ ਜੋਗੀ, ਤੁਸੀਂ ਤੇ ਵਾਰ-ਵਾਰ ਜੰਮਦਾ ਮਰਦਾ। ਜਿਸਨਾਥ ਕਿਰਪਾਲਾ ਰਹਿ ਰਾਸ ਹਮਾਰੀ ਗੁਰ ਗੋਪਾਲਾ। ਜਿਸਨੂੰ ਪਰਮੇਸ਼ੁਰ ਤੇ ਕਿਰਪਾਲੂ ਹੋਇਆ, ਮਿਹਰਬਾਨ ਹੋਇਆ, ਮੇਰਾ ਵਾਂਗੇ ਗੁਰੂ ਨਿਰੰਕਾਰ, ਉਹਨੇ ਇਹ ਜਾਣਿਆ, ਇਹ ਬਖਸ਼ਿਸ਼ਾਂ ਲਈਆਂ ਨੇ ਕਿ ਤਿਸ ਗੋਪਾਲ ਰੂਪ ਗੁਰੂ ਪਾਲ ਸਾਡੀ ਬੇਨਤੀ ਅਰਜੋਈ ਹੈ, ਰਹਿ ਰਾਸ ਹਮਾਰੀ ਗੁਰ ਗੋਪਾਲਾ। ਨਾ ਮੈਂ ਖਿੰਤਾ ਨਾ ਮੈਂ ਵਸਤਰ, ਜਨ ਨਾਨਕ ਜੋਗੀ ਹੋਆ ਅਸਤਰ। ਇਸਨੇ ਨਾਮ ਦੀ ਖਿੰਤਾ ਪੈਰੀ, ਨਾਮ ਦਾ ਹੋਰ ਵਸਤਰ ਕੀਤਾ, ਉਹ ਜੋਗੀ ਬ੍ਰਹਿਮ ਵਿੱਚ ਅਸਥਿਤ ਹੋ ਗਿਆ, ਇੱਕ ਹੋ ਗਿਆ ਪਰਮੇਸ਼ੁਰ ਨਾਲ। ਇਉਂ ਜਪਿਆ ਨਾਥ ਦਿਨ ਰਹਿ ਨਾਈ, ਹੁਣ ਪਾਇਆ ਗੁਰ ਗੋਸਾਈ ਆਓ ਦੂਜਾ। ਇਸਨੇ ਪਰਮੇਸ਼ੁਰ ਦਿਨ ਰਾਤ ਇਉਂ ਜਪਿਆ ਨੇ, ਹੁਣ ਇਸ ਮਨੁੱਖ ਜਨਮ ਵਿੱਚ ਹੀ ਵੱਡਾ ਪਰਮੇਸ਼ੁਰ ਪਾ ਲਿਆ, ਜਿਸਨੇ ਜਪਿਆ ਦਿਨ ਰਾਤ ਵਾਹਿਗੁਰੂ ਨੂੰ ਪ੍ਰਾਪਤੀ ਹੋਈ, ਇਹ ਜਨਮ ਅਬੋਲਕ ਸਫਲ ਹੋ ਗਿਆ। ਰਾਮ ਕਲੀ ਮਹਲਾ ਪੰਜੋਵਾਂ, ਕਰਨ ਕਰਾਵਨ ਸੋਈ ਆਨ ਨਾ ਦੀਸੈ ਕੋਈ। ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਉਪਦੇਸ਼ ਫਰਮਾਉਂਦੇ ਨੇ, ਪਿਆਰਿਓ, ਕਰਨੇ ਤੇ ਕਰਾਵਣ ਵਾਲਾ ਇੱਕ ਹੀ ਸਮਰੱਥ ਹੈ, ਮੇਰਾ ਵਾਹੀ ਗੁਰੂ ਗੁਰੂ ਨਾਨਕ ਤੋਂ ਬਿਨਾਂ ਹੋਰ ਕੋਈ ਦੇਖੀ ਦਾ ਕੀ ਆਨ ਨਾ ਦੀਸੈ ਕੋਈ। ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ, ਨਾਨਕ ਤਿਸ ਬਲੇ ਹਾਰਨ ਹੈ ਜਲ ਥਲ ਮਹੀ ਅਲ ਸੋਏ। ਕਿਉਂਕਿ ਕਰਨ ਕਰਾਵਣ ਵਾਲਾ ਇੱਕ ਪਰਮੇਸ਼ੁਰ ਹੈ, ਇੱਕ ਦਾ ਕੀ ਹੁਕਮ ਚੱਲਦਾ ਹੈ, ਇੱਕ ਦੇ ਹੀ ਹੁਕਮ ਦੇ ਵਿੱਚ ਸਭ ਵਿਚਰਦੇ ਹਾਂ, ਹੁਕਮ ਤੋਂ ਬਾਅਦ ਕੋਈ ਵੀ ਨਹੀਂ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ, ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਸਭ ਕੋਈ ਹੁਕਮ ਦੇ ਵਿੱਚ ਨਹੀਂ। ਕਿਉਂਕਿ ਪਰਿਪੂਰਨ ਪਰਮਾਤਮਾ ਨੇ ਸੁੰਦਰ ਜਗਤ ਦੀ ਰਚਨਾ ਕੀਤੀ, ਸਭ ਉਸਦੇ ਹੁਕਮ ਦੇ ਵਿੱਚ ਨੇ। ਇਹ ਜੀਵ ਸੁਤੰਤਰ ਨਹੀਂ ਹੈ, ਪਤੰਤਰ ਹੈ, ਅਧੀਨ ਹੈ ਪਰਮੇਸ਼ੁਰ ਦੇ, ਜੋ ਚਾਹੀ ਕਰਵਾਉਂਦਾ ਹੈ ਪਰਮੇਸ਼ੁਰ, ਕਿਉਂਕਿ ਉਹ ਮਾਲਕ ਹੈ, ਪਰ ਉਸਦੇ ਗੁਲਾਮ ਹਾਂ। ਕੋਈ ਜੋਰ ਵੱਲ ਨਹੀਂ ਮਨੁੱਖ ਕੁਝ ਕਰ ਸਕੇ, ਕਿਉਂਕਿ ਕਰਨ ਹਾਰ ਇੱਕ ਪਰਮੇਸ਼ੁਰ ਹੀ ਹੈ। ਠਾਕੁਰ ਮੇਰਾ ਸੁਗੜ ਸੁਜਾਨਾ, ਗੁਰਮੁਖ ਮਿਲਿਆ ਰੰਗ ਮਾਨਾ। ਮੇਰਾ ਠਾਕੁਰ ਜੋ ਉੱਤਮ ਕਾੜਤ ਵਾਲਾ, ਬੜਾ ਚਿੱਤਰ, ਬੜਾ ਸੋਹਣਾ, ਜਿਨ੍ਹਾਂ ਨੂੰ ਗੁਰੂ ਦੁਆਰਾ ਮਿਲਿਆ ਅਤੇ ਇਹਨਾਂ ਨੇ ਆਨੰਦ ਨੂੰ ਮਾਣਿਆ, ਆਨੰਦ ਪਾਇਆ। ਐਸੋ ਰੇ ਹਰ ਰਸ ਮੀਠਾ, ਗੁਰਮੁਖ ਕਿਨੈ ਵਿਰ ਲੈ ਡੀਠਾ। ਇਹ ਭਾਈ ਐਸਾ ਜੋ ਮੇਰਾ ਵਾਹਿਗੁਰੂ ਪਰਮੇਸ਼ੁਰ, ਉਸਦਾ ਆਨੰਦ ਬੜਾ ਮਿੱਠਾ, ਬੜਾ ਪਿਆਰਾ,
ਕਿਸੇ ਵੇਲੇ ਗੁਰਮੁਖ ਨੇ ਚੱਕ ਕੇ ਦੇਖਿਆ ਕਿ ਐਸਾ ਰਸ ਤੇ ਆਨੰਦ ਰੱਬ ਦੇ ਜਨਾਂ ਨੇ ਲਿਆ। ਜਪਿਆ ਸਵਾਸ ਗਰਾ ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਨੇ ਜਪਿਆ। ਕਿੱਲੀ ਨਾਲ ਕੇਸ ਬੰਨ੍ਹ ਲੈਣੇ ਕਿ ਇੱਕ ਵੀ ਸਵਾਸ ਵਿਅਰਥ ਨਾ ਜਾਵੇ। ਪਾਤਸ਼ਾਹ ਪਾਵਨ ਬਚਨ ਵੀ ਕਹਿੰਦੇ ਨੇ, ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈ ਜਿਹੇ ਆ। ਜਿਨ੍ਹਾਂ ਨੇ ਕਦੇ ਵਿਸਾਰਿਆ ਕੀ ਨਹੀਂ, ਉਹ ਕਿਹੋ ਜਿਹੇ ਨੇ, ਕੋਈ ਭੇਦ ਨਹੀਂ, ਇੱਕ ਰੂਪ ਗੁਰੂ ਨਾਨਕ ਨਾਲ ਹੋ ਗਏ। ਹਰ ਕਾ ਸੇਵਕ ਸੋ ਹਰ ਦੇਖਾ, ਐਸੋ ਰੇਖ ਰਸ ਮਿੱਠਾ, ਐਸਾ ਰਸ ਹਰੀ ਦਾ ਮਿੱਠਾ, ਜਿਨ੍ਹਾਂ ਨੇ ਚੱਖਿਆ ਹੈ। ਗੁਰਮੁਖ ਕਹਿੰਦਾ ਵਿਰਲੇ ਡੀਠਾ, ਵਿਰਲੇ ਗੁਰਮੁਖ ਸੰਤਾਂ ਨੇ ਚੱਖ ਕੇ ਦੇਖਿਆ ਹੈ, ਉਸ ਰਸ ਨੂੰ ਪਾਣ ਕੀਤਾ, ਪਰ ਉਹ ਰਸ ਦੱਸਿਆ ਨਹੀਂ ਜਾਂਦਾ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਨੈਰਾ ਮਲ ਜੋਤ ਅੰਮ੍ਰਿਤ ਹਰ ਨਾਮ, ਪੀਵਤ ਅੰਮ੍ਰਿਤ ਭਏ ਨਹਿ ਕਾਮ। ਜਿਸ ਪਰਿਪੂਰਨ ਪਰਮਾਤਮਾ ਦੀ ਨਿਰਮਲ ਜੋਤ ਹੈ ਤੇ ਨਾਮ ਵੀ ਅੰਮ੍ਰਿਤ ਰੂਪ ਨੇ, ਜਿਨ੍ਹਾਂ ਨੇ ਨਿਸ਼ਕਾਮ ਹੋ ਕੇ ਨਾਮ ਅੰਮ੍ਰਿਤ ਨੂੰ ਪੀਤਾ ਸੋ ਅਮਰ ਹੋ ਗਏ। ਤਨ ਮਨ ਸੀਤਲ ਅਗਨ ਨਵਾਰੀ, ਅਨੰਦ ਰੂਪ ਪ੍ਰਗਟੇ ਸੰਸਾਰੀ। ਤਨ ਤੇ ਮਨ ਕਰਕੇ ਸੀਤਲ ਹੋ ਗਏ, ਤਿਨ੍ਹਾਂ ਨੇ ਹੀ ਕ੍ਰਿਸ਼ਨ ਅਗਨੀ ਨਿਵਿਰਤ ਕੀਤੀ। ਸੰਸਾਰੀ ਕਿਰਿਆ ਕਰਦਿਆਂ ਨੂੰ ਅਨੰਦ ਰੂਪ ਪਰਮੇਸ਼ਰ ਪ੍ਰਗਟ ਹੋਏ। ਕਿਆ ਰੇ ਓ ਜਾ ਸਭ ਕਿਛ ਤੇਰਾ, ਸਦਬਲ ਹਾਰ ਜਾਓ ਲੱਖ ਵੇਰਾ। ਔਰ ਕਹਿੰਦੇ ਨੇ ਕਿਹਾ ਅਸੀਂ ਆਪ ਨੂੰ ਭੇਟਾ ਦੇਈਏ, ਜਾਂ ਸਭ ਕੁਝ ਅੱਗੇ ਹੀ ਤੇਰਾ ਮੰਨਿਆ ਹੋਇਆ। ਹੇ ਪਰਮੇਸ਼ਰ, ਤੇਰੇ ਉੱਪਰੋਂ ਅਸੀਂ ਲੱਖਾਂ ਵੇਦ ਸਦੀਵੀ ਬਲਿਹਾਰ ਕੁਰਬਾਨ ਜਾਂਦੇ ਹਾਂ। ਕਿਆ ਦੇਵੋ ਜਾਂ ਸਭ ਕੁਛ ਤੇਰਾ, ਕਿਉਂਕਿ ਉਸ ਮਾਲਕ ਨੂੰ ਕੀ ਦੇਣਾ ਹੈ, ਕਿਉਂਕਿ ਉਸ ਮਾਲਕ ਦਾ ਸਭ ਕੁਝ ਹੀ ਉਸਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਅੱਗੇ ਸਿੱਧਾਂ ਨੇ ਬੇਨਤੀ ਅਰਜ ਗੁਜ਼ਾਰੀ। ਸਤਿਗੁਰੂ ਜਦੋਂ ਵਿਚਾਰਾਂ ਹੋਈਆਂ ਗੋਸ਼ਟ ਹੋਈ, ਕਹਿਣ ਲੱਗੇ ਸਿੱਧ ਸੱਚੇ ਪਾਤਸ਼ਾਹ, ਸਾਰੇ ਪਦਾਰਥ ਪਰਮੇਸ਼ੁਰ ਦੇ ਨੇ, ਸਭ ਕੁਝ ਪਰਮੇਸ਼ੁਰ ਦਾ, ਫਿਰ ਇਹ ਮਨੁੱਖ ਭੇਟਾਂ ਕੀ ਰੱਖੇ। ਪਾਤਸ਼ਾਹ ਕਹਿਣ ਲੱਗੇ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ। ਅੰਮ੍ਰਿਤ ਵੇਲੇ ਉੱਠ ਕੇ ਸੱਚੇ ਦੀ ਯਾਦ ਵਿੱਚ ਜੋ ਜੁੜਨਾ ਨਾਮ ਜਪਣਾ, ਜੋ ਦਸਵੰਧ ਇੱਕ ਧਨ ਮਾਇਆ ਦਾ ਇੱਕ ਦਸਵੰਧ, ਚੌਵੀ ਘੰਟਿਆਂ ਵਿੱਚੋਂ ਦੋ ਢਾਈ ਘੰਟੇ ਪਰਮੇਸ਼ੁਰ ਦੇ ਨਿਵਿਤ ਕਰਨੇ, ਜੋ ਧੰਨ ਧੰਨ ਬਾਬਾ ਈਸ਼ਵਰ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ਾਂ ਕਰਨੀਆਂ ਭਾਈ, ਉਸ ਪਰਮੇਸ਼ੁਰੀ ਅੱਗੇ ਵੀ ਇਹ ਦਸਵੰਧ ਦੇਣਾ। ਇੱਕ ਧੰਨ ਮਾਇਆ ਦਾ ਇੱਕ ਇਹ ਦਸਵੰਧ ਹੈ, ਚੌਵੀ ਘੰਟਿਆਂ ਵਿੱਚੋਂ ਦੋ ਢਾਈ ਘੰਟੇ ਉਸ ਵਾਕੇ ਗੁਰੂ ਦੇ ਨਿਮਿਤ ਕੱਢ, ਤੇ ਤੈਨੂੰ ਸੁੰਦਰ ਧੰਨ ਦਿੱਤਾ, ਪਦਾਰਥ ਸੁੱਖ ਭੋਗ ਰਸ ਬਖਸ਼ੇ ਦਾ ਸ਼ੁਕਰਾਨਾ ਕਰ, ਕਿਉਂਕਿ ਇਹ ਦਸਵੰਧ ਉਸ ਪਰਮੇਸ਼ੁਰ ਨੂੰ ਦੇਣਾ ਜਿਹਨੇ ਬੜੇ ਭਾਰੀ ਉਪਕਾਰ ਕੀਤੇ ਨੇ। ਕਿਆ ਦੇਵੋ ਜਾਂ ਸਭ ਕੁਛ ਤੇਰਾ, ਸਦ ਬਲੇ ਹਰ ਜਾਓ ਲੱਖ ਮੇਰਾ। ਸਭ ਕੁਝ ਅੱਗੇ ਹੀ ਤੇਰਾ ਮੰਨੇ, ਇਹ ਪਰਮੇਸ਼ੁਰ ਤੇਰੀ ਉੱਪਰੋਂ ਲੱਖਾਂ ਵਾਰ ਬਲਿਹਾਰ ਕੁਰਬਾਨ ਜਾਂਦੇ ਖਾਂ। ਧੰਨ ਮਨ ਜੀਓ ਪਿੰਡ ਦੇ ਸਾਜਿਆ, ਗੁਰ ਕਿਰਪਾ ਤੇ ਦੀਤ ਨਵਾਜਿਆ।
ਸਤੂਲ ਪਿੰਡ ਸੀ ਤੈ ਸਾਜਿਆ, ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਆਪਣੀ ਦਾਸ ਕੀ ਆਪੈ ਜਦਾਖੀ, ਨਾਨਕ ਸਤਿਗੁਰੁ ਬਾਣ। ਕਿਉਂਕਿ ਪਰਮੇਸ਼ੁਰ ਨੇ ਸੁੰਦਰ ਤਨ ਬਣਾਇਆ, ਸਭ ਸੁੱਖ ਮਨ ਜੀਉ ਦਿੱਤਾ, ਗੁਰੂ ਦੀ ਕਿਰਪਾ ਤੇ ਮੈਂ ਨੀਚ ਨੂੰ ਕਿਹਾ ਸਤਿਗੁਰੂ ਤੁਸੀਂ ਨਵਾਜਿਆ ਹੈ ਵਡਿਆਇਆ। ਖੋਲ ਇੱਕ ਵਾਰਾ ਮਹਿਲ ਬੁਲਾਇਆ, ਜੈਸਾ ਸਾ ਤੈਸਾ ਦਿਖਲਾਇਆ, ਅਗਿਆਨ ਨੂੰ ਤਖਤਾਂ ਖੋਲ ਕੇ ਆਪਣੇ ਸੂਹ ਵਿੱਚ ਬੁਲਾਇਆ ਹੈ ਪਾਤਸ਼ਾਹ, ਜੈਸਾ ਨਿਜ ਸੂਖ ਸੀ ਆਪਣੇ ਤੈਸਾ ਹੀ ਦਿਖਾਇਆ। ਕਹੋ ਨਾਨਕ ਸਭ ਪੜਦਾ ਤੂਟਾ, ਹੋ ਤੇਰਾ ਤੂੰ ਮੈਂ ਮਨ ਬੂਠਾ। ਅਵਲ ਰੂਪ ਸਭ ਪੜਦਾ ਟੁੱਟ ਗਿਆ, ਜਬ ਤੂੰ ਮੇਰੇ ਮਨ ਵਿੱਚ ਵਸਿਆ ਮੇਰੇ ਵਾਂਗੇ ਗੁਰੂ, ਤਬ ਮੈਂ ਤੇਰਾ ਸਰੂਪ ਹੋਇਆ ਖਾਂ। ਰਾਮ ਕਲੀ ਮਹਲਾ ਪੰਜਵਾਂ, ਸੇਵਕ ਲਾਇਓ ਆਪਣੀ ਸੇਵ, ਅੰਮ੍ਰਿਤ ਨਾਮ ਦਿਓ ਮੁਖ ਦੇਵ। ਮੈਂ ਸੇਵਕ ਨੂੰ ਸਤਿਗੁਰੂ ਆਪਣੀ ਸੇਵਾ ਵਿੱਚ ਲਾਇਆ, ਅੰਮ੍ਰਿਤ ਵੱਤ ਜੋ ਭਗਵੰਤ ਪਰਮੇਸ਼ੁਰ ਦਾ ਨਾਮ ਹੈ, ਸੋ ਮੇਰੇ ਮੁੱਖ ਵਿੱਚ ਗੁਰਦੇਵ ਜੀ ਨੇ ਜਪਣ ਨੂੰ ਦਿੱਤਾ। ਸੇਵਕ ਲਾਇਓ ਆਪਣੀ ਸੇਵ, ਆਪ ਸੇਵਾ ਵਿੱਚ ਲਾਇਆ, ਆਪਣੇ ਸੇਵਕ ਹੀ ਆਪੇ ਰਾਖੈ, ਆਪੇ ਨਾਮ ਜਪਾਵੈ, ਜਹਿ ਜੈ ਕਾਜ ਕਿਰਤ ਸੇਵਕੀ ਤਹਾਂ ਤਹਾਂ ਉੱਠਤਾ ਵੈ। ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹੈ ਠਾਕੁਰ ਪੈ ਸੇਵਕ ਤਤਕਾਲ ਹੋਇਆ। ਉਹ ਸੇਵਕ ਉਸ ਮਾਲਕ ਹੀ ਅੱਗੇ ਅੱਜ ਬੇਨਤੀ ਕਰੇ ਉਹ ਤਤਕਾਲ ਹੋ ਜਾਂਦਾ, ਕਿਉਂਕਿ ਸੇਵਕ ਜਪਦਾ ਹੈ, ਜੋ ਜਪਦਾ ਫਿਰ ਪਰਮੇਸ਼ੁਰ ਬਖਸ਼ਿਸ਼ਾਂ ਕਰਦਾ ਹੈ, ਕਿਉਂਕਿ ਆਪ ਆਪਣੀ ਸੇਵਾ ਵਿੱਚ ਲਾਇਆ, ਆਪਣਾ ਨਾਮ ਵੀ ਆਪ ਜਪਾਉਂਦਾ ਹੈ। ਸਗਲੀ ਚਿੰਤਾ ਆਪ ਨਵਾਰੀ, ਤਿਸ ਗੁਰ ਕੋ ਸਦ ਬਲਿਹਾਰੀ। ਜੋ ਸਤਿਗੁਰੂ ਨੇ ਮੇਰੀ ਸਭ ਚਿੰਤਾ ਆਪ ਨਿਵਿਰਤ ਕੀਤੀ, ਸਤਿਗੁਰੂ ਮੈਂ ਸਦੀਵੀ ਬਲਿਹਾਰ ਕੁਰਬਾਨ ਜਾਂਦਾ ਹਾਂ, ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਣਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਕਾਜ ਹਮਾਰੇ ਪੂਰੇ ਸਤਿਗੁਰ, ਬਾਜੇ ਅਨਹਦ ਤੂਰੇ ਸਤਿਗੁਰੋ। ਕਾਜ ਹਮਾਰੇ ਪੂਰੇ ਸਤਿਗੁਰ, ਵਾਜੇ ਅਨਹਦ ਤੂਰੇ ਸਤਿਗੁਰ। ਜਬ ਸਤਿਗੁਰੂ ਦੀ ਕਿਰਪਾ ਤੇ ਨਾਮ ਜਾਪ ਰੂਪ ਅਨਹਦ ਵਾਜੇ ਵਜੇ, ਕਿਉਂਕਿ ਕਿਰਪਾ ਸਮਰੱਥ ਗੁਰੂ ਦੀ ਹੋਈ, ਤੋ ਸਤਿਗੁਰੂ ਨੇ ਸਾਡੇ ਸਭ ਕੰਮ ਪੂਰੇ ਕਰ ਦਿੱਤੇ। ਬਹਿਮਾ ਜਾ ਕੀ ਗਹਿਰ ਗੰਭੀਰ, ਓਏ ਨਿਹਾਲ ਦੇ ਜਿਸ ਤੀਰ। ਜਿਨ ਗੁਰੂ ਦੀ ਮਹਿਮਾ ਡੂੰਘੀ ਬੇਅੰਤ ਤੇ ਨਿਰਖਲ ਹੈ, ਬੜੀ ਮਹਿਮਾ ਬੇਅੰਤ ਹੈ, ਕਿਉਂਕਿ ਗੁਰੂ ਸਮਰੱਥ ਹੈ, ਕਿਸੇ ਤੇ ਦੂਰ ਵੀ ਨਹੀਂ ਹੋ ਸਕਦੇ, ਐਸੀ ਬੇਅੰਤ ਨਿਰਖਲ। ਜਿਸਨੇ ਗੁਰੂ ਧੀਰਜ ਦਿੰਦੇ ਨੇ ਧੀਰਜ ਦਾ ਤੇ ਦੋ ਨਿਹਾਲ ਹੋ ਜਾਂਦਾ ਹੈ। ਨਾਨਕ ਨਦਰੀ ਨਦਰ ਨਿਹਾਲ, ਗੁਰੂ ਨੇ ਧੀਰਜ ਦਾ ਦਿੱਤੀ ਉਹ ਨਿਹਾਲ ਹੋ ਗਿਆ। ਜਾ ਕੇ ਬੰਧਨ ਕਾਟੇ ਰਾਏ,
ਸੋ ਨਰ ਬੋਹਰ ਨਾ ਜੋਨੀ ਪਾਏ। ਜਿਸਦੇ ਬੰਧਨਾਂ ਨੂੰ ਗੁਰੂ ਰਾਜੇ ਕੱਟ ਦਿੰਦੇ ਨੇ, ਟੂਟੇ ਬੰਧਨ ਜਾ ਸਕੇ ਹੋਆ ਸਾਧੂ ਸੰਗ। ਰੱਬ ਦੇ ਜਨ ਦਾ ਸੰਗ ਹੋਇਆ ਬੰਧਨ ਕੱਟੇ ਗਏ, ਉਹ ਪੁਰਸ਼ ਫਿਰ ਜੋਨੀਆਂ ਵਿੱਚ ਨਹੀਂ ਆਉਂਦੇ। ਸੋ ਨਰ ਬੋਹਰ ਨਾ ਜੋਨੀ ਪਾਏ, ਫਿਰ ਧਰੇਕ ਦੇ ਜੋਨਾਂ ਵਿੱਚ ਨਹੀਂ ਪੈਂਦੇ। ਜਾ ਕੈ ਅੰਤਰ ਪ੍ਰਗਟਿਓ ਆਵ, ਤਾਂ ਕੋ ਨਾਹੀ ਦੁਖ ਸੰਤਾਪ। ਜਿਹਦੀ ਅੰਤ ਛਕਣ ਦੇ ਵਿੱਚ ਆਪ ਸਾਖੀ ਰੂਪ ਗੁਰੂ ਦੁਆਰੇ ਪ੍ਰਗਟ ਹੋਇਆ, ਪਰਮੇਸ਼ਰ ਮਿਲਿਆ, ਅਤੇ ਇਸਨੂੰ ਕੋਈ ਦੁੱਖ ਭਲੀ ਪ੍ਰਕਾਰ ਤਪਾਮਦਾ ਵੀ ਨਹੀਂ। ਲਾਲ ਰਤਨ ਤਿਸ ਪਾਲੈ ਪਰਿਆ, ਸਗਲ ਕੁਟੰਬ ਉਹ ਜਨ ਲੈ ਤਰਿਆ। ਪਾਤਸ਼ਾਹ ਫਰਮਾਉਂਦੇ ਨੇ ਪਿਆਰਾ ਅਮੋਲ ਪਰਮੇਸ਼ਰ ਮੇਰਾ ਵਾਹਿਗੁਰੂ, ਜਿਸ ਦੇ ਅੰਤ ਛਕਣ ਵਿੱਚ ਪਿਆ ਸਾਜਦਕਾਰ ਹੋਇਆ, ਐਸੀਆਂ ਬਖਸ਼ਿਸ਼ਾਂ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ। ਸਗਲ ਕੁਟੰਬ ਉਹ ਜਨ ਲੈ ਤਰਿਆ, ਉਹ ਜਨ ਰੱਬ ਦਾ ਪਿਆਰਾ ਨਾਮ ਜਪਣ ਵਾਲਾ ਆਪ ਤਾਂ ਤਰ ਗਿਆ, ਆਪ ਤਰੇ ਸਗਲੇ ਕੁੱਲ ਤਾਰੇ, ਆਪਣੀਆਂ ਕੁੱਲਾਂ ਨੂੰ ਵੀ ਤਾਰ ਲਿਆ। ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਨੇ ਬਖਸ਼ਿਸ਼ਾਂ ਕਰਦੀਆਂ ਭਾਈ, ਇੱਕ ਗੁਰਮੁਖ ਇੱਕੀ ਕੁੱਲਾਂ ਨੂੰ ਉਤਾਰ ਲੈਂਦਾ ਹੈ, ਇੱਕ ਗੁਰਮੁਖ ਕੁਟੰਬ ਨੂੰ ਆਪਣੇ ਸਾਥ ਲੈ ਕੇ ਤਰ ਗਿਆ। ਨਾ ਕਿਛ ਭਰਮ ਨਾ ਦੁਬਦਾ ਦੂਜਾ, ਏਕੋ ਏਕ ਨਰਿੰਜਨ ਪੂਜਾ। ਜਿਸਨੇ ਇੱਕ ਹੀ ਅਦੁੱਤੀ ਮਾਇਆ ਰਹਿਤ ਨੂੰ ਪੂਜਿਆ, ਨਿਰੰਕਾਰ ਨੂੰ, ਉਸ ਮਾਲਕ ਨੂੰ ਜਪਿਆ ਜੋ ਇੱਕ ਹੈ। ਇੱਕੋ ਦਿਸੈ ਸੱਜਣੋ ਇੱਕੋ ਭਾਈ ਮੀਤ, ਇੱਕ ਸਹਿ ਦੀ ਸਮੱਗਰੀ ਇੱਕ ਸਹਿ ਦੀ ਹੈ ਰੀਤ। ਜਗਤ ਇੱਕ ਨੇ ਰਚਿਆ, ਹੁਕਮ ਇੱਕ ਦਾ ਚਾਹੁੰਦਾ, ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ, ਇੱਕ ਹੈ। ਇੱਕ ਦੀ ਯਾਦ ਚਿੰਤਨ ਵਿੱਚ ਜੁੜੀਏ, ਉਹ ਇੱਕ ਕੈਸਾ ਹੈ, ਸਦਬ ਵਿਆਪਕ ਹੈ, ਘੱਟ ਘੱਟ ਵਿੱਚ ਬੈਠਾ ਹੈ, ਜਰਰੀ ਜਰਰੀ ਵਿੱਚ ਰਮਿਆ ਹੈ। ਨਾ ਕਿਛ ਭਰਮ ਨਾ ਦੁਬਦਾ ਦੂਜਾ, ਏਕੋ ਏਕ ਨਰਿੰਜਨ ਪੂਜਾ। ਇਸ ਨੂੰ ਨਾ ਕੁਝ ਭਰਮ ਨਾ ਚਿੰਤਾ, ਨਾ ਕੁਝ ਦੂਜਾ ਦਿਖਾਈ ਦਿੰਦਾ। ਜਦ ਕਤ ਦੇਖੋ ਆਪ ਦਇਆਲ, ਕਹੋ ਨਾਨਕ ਪ੍ਰਭ ਮਿਲੇ ਰਸਾਲੋ। ਪਾਤਸ਼ਾਹ ਫਰਮਾਉਂਦੇ ਜਤ ਕਤ ਦੇਖੋ ਆਪ ਦਇਆ, ਕਹੋ ਨਾਨਕ ਪ੍ਰਭ ਮਿਲੇ ਰਸਾਲ, ਜਿਸ ਨੂੰ ਪ੍ਰਭੂ ਮੇਰਾ ਵਾਹੀ ਗੁਰੂ ਰਸਾਂ ਦੇ ਘਰ ਮਿਲਿਆ, ਪ੍ਰਾਪਤ ਹੋਇਆ ਗੁਰੂ ਨਾਨਕ। ਉਹ ਜਹਾਂ ਕਹਾਂ ਆਪ ਪਰਮੇਸ਼ਰ ਨੂੰ ਹੀ ਦੇਖਦਾ ਹੈ, ਜਹ ਜੈ ਪੇਖੋ ਤਹਿ ਹਜੂਰ, ਦੂਰ ਕਤ ਹੋ ਨਾ ਜਾਈ, ਰੱਬ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ, ਮਨ ਕਰਕੇ ਜਪਦਾ। ਅਪਦੇਸ਼ ਵੀ ਇਹੀ ਕਹਿੰਦਾ ਕਿ ਤੁਸੀਂ ਸਭ ਦਿਆਲ ਨੂੰ ਪੂਰਨ ਦੇਖੋ, ਮੇਰਾ ਵਾਹੀ ਗੁਰੂ ਸਰਬ ਵਿਆਪਕ ਹੈ, ਉਹ ਦੇਖਦਾ ਹੈ ਸੁਣਦਾ ਹੈ, ਉਸਦੀ ਭੈ ਵਿੱਚ ਵਿਚਰੋ, ਭੈ ਵਿੱਚ ਵੈਸੈ ਭੈ ਰਹਿ, ਭੈ ਵਿੱਚ ਕਮਾਵੈ ਕਾਰ, ਇੱਥੇ ਸੁੱਖ ਵਡਿਆਈਆਂ ਦਰਗਹਿ ਮੋਖ ਦੁਆਰ। ਇੱਕ ਇਸ ਲੋਕ ਵਿੱਚ ਸੁੱਖ ਅਤੇ ਵਡਿਆਈਆਂ ਦਰਗਾਹ ਵਿੱਚ ਵੀ ਮੁੱਕਦਾ, ਜੋ ਮੇਰੇ ਵਾਹਿਗੁਰੂ ਦੇ ਭੈ ਵਿੱਚ ਰਹਿੰਦੇ ਨੇ, ਭੈ ਵਿੱਚ ਕਾਰ ਕਰਦੇ ਨੇ, ਕਿਉਂਕਿ ਸਮਰੱਥ ਵਾਹਿਗੁਰੂ ਦੇਖਦਾ ਹੈ ਸੁਣਦਾ ਹੈ।
ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਡਾਣ। ਸਤਿਗੁਰੂ ਦੇ ਉਪਦੇਸ਼ 'ਤੇ ਚੱਲੀਏ, ਗੁਰ ਸ਼ਬਦੀ ਗੁਰਮਤੀਏ ਬਣੀਏ, ਨਾਮ ਨੂੰ ਜਪੀਏ, ਸੰਗ ਕਰੀਏ ਰੱਬ ਦੇ ਜਨਾਂ ਸੰਤਾਂ ਦਾ, ਆਪਣਾ ਅਮੋਲਕ ਜਨਮ ਸਫਲ ਹੋ ਜਾਵੇ। ਸਤਿ